ਪੰਜਾਬ ਦਸਤਾਵੇਜ਼ ਦੇ ਦਰਸ਼ਕਾਂ ਲਈ ਮੈਂ ਰਜਿੰਦਰ ਸਿੰਘ ਤੱਗੜ ਲੈ ਕੇ ਹਾਜ਼ਰ ਹਾਂ ਅੱਜ ਇੱਕ ਹੋਰ ਫੀਲਡ ਸਟੋਰੀ। ਪਹਿਲਾਂ ਅਸੀਂ ਤੁਹਾਨੂੰ ਦਿਖਾ ਚੁੱਕੇ ਹਾਂ ਫੀਲਡ ਤੋਂ ਐਪੀਸੋਡ ਨੰਬਰ 376 379 379 ਫਿਰ 384 ਅਤੇ ਅੱਜ ਚੌਥਾ ਐਪੀਸੋਡ ਫੀਲਡ ਤੋਂ। ਇਹ ਐਪੀਸੋਡ ਅਸੀਂ ਤਿਆਰ ਕੀਤਾ ਲੁਧਿਆਣੇ ਤੋਂ, ਰੱਖ ਬਾਗ ਬਾਰੇ ਇਹ ਐਪੀਸੋਡ ਹੈ ਅਤੇ ਇਹਦੇ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਸ ਤਰ੍ਹਾਂ ਅਕਾਲੀ ਸਰਕਾਰ ਵੇਲੇ ਸੁਖਬੀਰ ਬਾਦਲ ਨੇ ਇਹ ਬਾਗ ਇੱਕ ਪ੍ਰਾਈਵੇਟ ਅਦਾਰੇ ਕਹਿ ਲਓ, ਯਾਨੀ ਕਿ ਹੀਰੋ ਇੰਡਸਟਰੀਜ਼ ਨੂੰ ਦੇਤਾ ਫੋਰ ਮੈਂਟੇਨੈਂਸ, ਜਿਹਨੂੰ ਕਹਿੰਦੇ ਆ ਜੀ ਕਾਰਪੋਰੇਟ ਸੋਸ਼ਲ ਰਿਸਪੋਂਸੀਬਿਲਿਟੀ। ਇੱਕ ਨਵਾਂ ਇਹ ਕਾਨੂੰਨ ਕਹਿ ਲਓ ਕਿ ਵੱਡੀਆਂ ਕੰਪਨੀਆਂ ਨੇ ਕੁਛ ਪਰਸੈਂਟ ਹਿੱਸਾ ਸਮਾਜ 'ਤੇ ਲਾਉਣਾ ਹੁੰਦਾ, ਸਮਾਜ ਦੀ ਸੇਵਾ ਕਰਨੀ ਹੁੰਦੀ ਹੈ, ਉਸ ਤਹਿਤ ਦਿੱਤਾ ਗਿਆ। ਅਤੇ ਫਿਰ ਹੌਲੀ ਹੌਲੀ ਇਸ ਬਾਗ ਦਾ ਨਾਂ ਬਦਲਤਾ ਗਿਆ ਬਿਨਾਂ ਸਰਕਾਰ ਦੀ ਪ੍ਰਵਾਨਗੀ, ਉਹਨੂੰ ਕਰਤਾ ਜੀ ਓਪੀ ਮੁੰਜਾਲ ਰੱਖ ਬਾਗ। ਅਤੇ ਫਿਰ ਸੁਖਬੀਰ ਬਾਦਲ ਓਪੀ ਮੁੰਜਾਲ ਦਾ ਬੁੱਤ ਲਾ ਗਿਆ ਸਰਕਾਰੀ ਬਾਗ 'ਚ। ਹੁਣ ਉਹ ਬੁੱਤ ਹਟਾਤਾ ਗਿਆ, ਬੜੀ ਲੰਮੀ ਚੌੜੀ ਲੜਾਈ ਹੋਈ, ਰਜੇਸ਼ ਮੈਣੀ ਨੇ ਕੀਤੀ, ਇੱਕ ਸੋਸ਼ਲ ਐਕਟੀਵਿਸਟ ਆ, ਕੁਲਦੀਪ ਖੈਰਾ ਨੇ ਕੀਤੀ, ਉਹ ਵੀ ਸੋਸ਼ਲ ਐਕਟੀਵਿਸਟ ਆ, ਆਰ ਟੀ ਆਈ ਪਾਉਂਦਾ, ਲੜਾਈ ਜਾ ਰਹੀ ਹੈ ਹਜੇ ਵੀ। ਅੱਜ ਅਸੀਂ ਤੁਹਾਨੂੰ ਇਹਦੇ ਵਿਸਤਾਰ ਦੇਵਾਂਗੇ। ਅਸੀਂ ਇਸ ਪਾਰਕ ਦਾ ਦੌਰਾ ਕੀਤਾ, ਅਸੀਂ ਹੀਰੋ ਗਰੁੱਪ ਦੇ ਐੱਮ ਡੀ ਐੱਸ ਕੇ ਰਾਏ ਨਾਲ ਵੀ ਗੱਲ ਕੀਤੀ, ਅਸੀਂ ਇਸ ਜਿਹੜੀ ਪਾਰਕ ਦੇ ਵਿੱਚ ਕੁਛ ਨਜਾਇਜ਼ ਕਾਬਜ਼ ਹੈ, ਇੱਕ ਡਾਕਟਰ ਰਵਿੰਦਰ ਸਿੰਘ ਹੈਗਾ ਇਸ 'ਤੇ ਕਾਬਜ਼, ਨਜਾਇਜ਼ ਇੱਕ ਹੈਗਾ ਜੀ ਪੰਛੀ ਸੇਵਾ ਸਮਿਤੀ, ਉਹਦਾ ਜਿਹੜਾ ਇੱਕ ਅਧਿਕਾਰੀ ਕਹਿ ਲਓ ਜਾਂ ਸਮਰਥਕ ਵਿਸ਼ਾਲ ਜੈਨ, ਉਹਨੇ ਜੋ ਸਾਡੇ ਨਾਲ ਗੱਲਬਾਤ ਕੀਤੀ ਉਹ ਵੀ ਤੁਹਾਨੂੰ ਦੱਸਾਂਗੇ ਕਿ ਕਿਹੋ ਜਿਹੀ ਘਟੀਆ ਗੱਲ ਉਹਨੇ ਸਾਡੇ ਨਾਲ ਕੀਤੀ ਅਤੇ ਸਾਨੂੰ ਬਲੈਕਮੇਲਰ ਕਹਿ ਕੇ ਧਮਕਾਉਣ ਦੀ ਕੋਸ਼ਿਸ਼ ਕੀਤੀ। ਫਿਰ ਖੈਰ ਜੋ ਮੈਂ ਉਹਦੀ ਗੱਤ ਬਣਾਈ ਉਹ ਤਾਂ ਫਿਰ ਉਹਨੂੰ ਪਤਾ ਹੀ ਆ, ਉਹਨੂੰ ਪੁੱਛ ਲਿਓ। ਹੁਣ ਆਉਂਦੇ ਹਾਂ ਜੀ ਇਹ ਰੌਲਾ ਚੱਲਿਆ ਕਿਵੇਂ। ਇਹ ਸਰਕਾਰੀ ਕਰੀਬ 11-12 ਏਕੜ 'ਤੇ ਸ਼ਹਿਰ ਦੇ ਹਾਰਟ 'ਚ ਗੁਰੂ ਨਾਨਕ ਸਟੇਡੀਅਮ ਦੇ ਬਿਲਕੁਲ ਓਪੋਜ਼ਿਟ ਲੁਧਿਆਣੇ 'ਚ ਸਥਿਤ ਹੈ ਪਾਰਕ ਰੱਖ ਬਾਗ। ਕਈ ਸਾਲ ਤੋਂ 70-80 ਸਾਲ ਤੋਂ ਰੱਖ ਬਾਗ ਨਾਂ ਰੱਖਿਆ ਗਿਆ। ਇਹਨਾਂ ਨੂੰ ਦਿੱਤਾ ਸੀ ਹੀਰੋ ਵਾਲਿਆਂ ਨੂੰ ਮੇਨਟੇਨ ਕਰਨ ਵਾਸਤੇ, ਇਹਨਾਂ ਨੇ ਨਾਂ ਬਦਲਤਾ। ਉੱਥੇ ਇੱਕ ਵੱਡੀ ਸਾਰੀ ਕੰਧ ਤੁਹਾਨੂੰ ਵਿਖਾਵਾਂਗੇ ਵੀਡੀਓ 'ਚ ਬਣਾ ਕੇ, ਉਹ 'ਤੇ ਆਪਣੀ ਕੰਪਨੀ ਦੇ ਪਰਿਵਾਰ ਦੇ ਪੂਰੇ ਇਤਿਹਾਸ ਲਿਖਤਾ ਵੀ ਅਸੀਂ ਤਾਂ ਬੜੇ ਯੋਧੇ ਹਾਂ, ਕੰਪਨੀ ਬਹੁਤ ਵੱਡੀ ਹੈ। ਫਿਰ ਉੱਥੇ ਇੱਕ ਅਕਾਲੀ ਲੀਡਰ ਜਿਹਦਾ ਨਾਂ ਹੀਰਾ ਸਿੰਘ ਗਾਬੜੀਆਂ ਮੰਤਰੀ ਹੁੰਦਾ ਸੀ, ਉਹਨੇ ਉੱਥੇ ਇੱਕ ਰੈਸਟੋਰੈਂਟ ਹੀ ਖੋਲ੍ਹਤਾ। ਪਹਿਲਾਂ ਭਾਵੇਂ ਛੋਟੀ ਜਿਹੀ ਕੰਟੀਨ ਸੀ, ਉਹਨੂੰ ਵਧਾ ਕੇ ਛੱਤਾਂ ਟੀਨ ਦੀਆਂ ਪਾ ਕੇ ਜੀ ਉੱਥੇ ਡੋਸੇ ਡੂਸੇ ਅਤੇ ਹੋਰ। ਫਿਰ ਐੱਨ ਜੀ ਟੀ ਨੇ ਇਹਦਾ ਸੰਗਿਆਨ ਲਿਆ, ਨੋਟਿਸ ਲਿਆ, ਐੱਨ ਜੀ ਟੀ ਨੇ ਹੁਣ ਕੰਨ ਖਿੱਚੇ ਆ ਕਿਹਦੇ, ਮਿਉਂਸਪਲ ਕਾਰਪੋਰੇਸ਼ਨ ਦੇ, ਵੀ ਆਹ ਕਰੀ ਕੀ ਜਾਂਦੇ ਹੋ, ਬਾਗ ਦੇ ਵਿੱਚ ਸਾਰਾ ਕੁਛ ਹੋ ਨਹੀਂ ਸਕਦਾ। ਹੀਰੋ ਗਰੁੱਪ ਨੇ ਉੱਥੇ ਸਾਈਕਲ ਟਰੈਕ ਬਣਾ ਦਿੱਤਾ, ਛੋਟਾ ਛੋਟਾ ਟਰੈਕ, ਉੱਥੇ ਲੋਕ 35-35, 40-40 ਰੁਪਏ ਲੈ ਕੇ ਛੋਟੇ ਸਾਈਕਲ ਲੈ ਕੇ ਚਲਾਉਂਦੇ ਆ ਅਤੇ ਫਿਰ ਉਹ ਆਪਸ ਟੱਕਰਾਂ ਖਾਂਦੇ ਆ, ਡਿੱਗਦੇ ਲੋਕ, ਕੋਈ ਚੱਜ ਦਾ ਘਾਹ ਨਹੀਂ, ਕੋਈ ਫਲ ਬੂਟੇ ਨਹੀਂ। ਅਤੇ ਉੱਥੇ ਇੱਕ ਬਣਿਆ ਹੋਇਆ ਮੈਮੋਰੀਅਲ ਸ਼ਹੀਦਾਂ ਦਾ, ਫੌਜੀਆਂ ਦਾ, ਉਹ ਤੁਹਾਨੂੰ ਕਬੂਤਰ ਵਿਖਾਵਾਂਗੇ ਉੱਥੇ ਕੀ ਜ਼ਬਰਦਸਤ ਕਬੂਤਰ ਆਉਂਦੇ ਆ, ਕਿਵੇਂ ਗੰਦ ਪਾਉਂਦੇ ਆ ਅਤੇ ਪੋਲਿਊਸ਼ਨ ਫੈਲਾਉਂਦੇ ਆ। ਅਤੇ ਜਿਹੜੀ ਆ ਪੰਛੀ ਸੇਵਾ ਸਮਿਤੀ, ਉੱਥੇ ਉਹਨਾਂ ਨੇ ਡੋਨੇਸ਼ਨ ਦਾ ਬਾਕਸ ਲਾ ਦਿੱਤਾ, ਲੋਕਾਂ ਨੂੰ ਕਹਿੰਦੇ ਅਸੀਂ ਦਾਣਾ ਪਾਉਣਾ ਜਾਨਵਰਾਂ ਨੂੰ, ਪੰਛੀਆਂ ਨੂੰ, ਅਤੇ ਸਾਨੂੰ ਪੈਸੇ ਦਿਓ, ਪੈਸੇ ਇਕੱਠੇ ਕਰਦੇ। ਅਤੇ ਚਲਾਉਣ ਦਾ ਕੌਣ ਆ ਇਹ ਸੇਵਾ ਨੂੰ, ਇੱਕ ਪੱਤਰਕਾਰ ਆ ਕਹਿੰਦੇ, ਕਿਸੇ ਹਿੰਦੀ ਅਖਬਾਰ ਦਾ ਪੱਤਰਕਾਰ ਚਲਾਉਂਦਾ, ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹਦਾ।
ਉਹਦਾ ਅੱਜ ਸਮਰਥਕ ਸਾਨੂੰ ਫੋਨ ਕਰਦਾ, ਕਹਿੰਦੇ ਤੁਸੀਂ ਡਾਕਟਰ ਰਵਿੰਦਰ ਸਿੰਘ ਨੂੰ ਫੋਨ ਕਿਵੇਂ ਫੋਨ ਕੀਤਾ ਸੀ? ਉੱਥੇ ਐਕੂਪ੍ਰੈਸ਼ਰ ਦਾ ਬੋਰਡ ਲਾਇਆ ਜੀ, ਉੱਥੇ ਬਹੁਤ ਵੱਡਾ ਸਰਕਾਰੀ ਕਿਸੇ ਬਿਲਡਿੰਗ 'ਤੇ ਸਥਾਨ 'ਤੇ ਬੋਰਡ ਲਾਉਣਾ ਜੇ ਹੈਗਾ ਪ੍ਰਵਾਨਗੀ ਦੀ ਲੋੜ ਆ ਤਾਂ ਉਹਦਾ ਤੁਹਾਨੂੰ ਦੇਣਾ ਪੈਂਦਾ, ਜੋ ਟੈਕਸ ਦੇਣਾ ਪੈਂਦਾ, ਪ੍ਰਾਈਸ ਦੇਣੀ ਪੈਂਦੀ ਹੈ। ਕੋਈ ਪ੍ਰਾਈਸ ਨਹੀਂ, ਵੱਡਾ ਸਾਰਾ ਬੋਰਡ ਦੋ ਥਾਂ ਹੀ ਲਾਇਆ ਵੀ ਐਕੂਪ੍ਰੈਸ਼ਰ ਕਰਾਓ। ਉਹ ਬਾਗ 'ਚ ਕਲਾਸਾਂ ਲਾਉਂਦਾ, ਕਲੀਨਿਕ ਲਾਉਂਦਾ ਆਪਦੀ, ਥੱਲੇ ਐਡਰੈਸ ਦਿੱਤਾ ਵੀ ਘਰ ਵੀ ਆ ਜਾਓ। ਵਪਾਰ ਥੋੜ੍ਹੀ ਕਰ ਸਕਦਾ ਕੋਈ ਪ੍ਰਾਈਵੇਟ ਬੰਦਾ ਸਰਕਾਰੀ ਭਾਰਤ 'ਚ ਬਹਿ ਕੇ ਕਰ ਰਹੇ ਆ। ਫਿਰ ਰਵਿੰਦਰ ਸਿੰਘ ਨੇ ਪੁੱਛਿਆ, ਭਾਈ ਤੇਰੇ ਕੋਲ ਪ੍ਰਵਾਨਗੀ ਹੈਗੀ ਡਾਕਟਰ ਸਾਹਿਬ? ਕਹਿੰਦਾ ਨਾ ਜੀ। ਮੈਂ ਫਿਰ ਕਿਵੇਂ ਚੱਲਦਾ ਭਾਈਬੰਦੀ 'ਚ? ਕਹਿੰਦਾ ਹਾਂ ਜੀ ਭਾਈਬੰਦੀ 'ਚ। ਮੈਂ ਕਿਹਦੇ ਨਾਲ ਭਾਈਬੰਦੀ ਕੀਤੀ ਹੈ ਤੂੰ? ਕਹਿੰਦਾ ਜੀ ਬਸ ਮੈਂ ਤਾਂ ਉਹ ਜਿਹੜੇ ਪਕਸ਼ੀ ਸੇਵਾ ਸਮਿਤੀ ਵਾਲੇ ਆ, ਮੈਂ ਤਾਂ ਉਹਨਾਂ ਨਾਲ ਜੁੜਿਆ ਹੋਇਆ। ਮੈਂ ਪਕਸ਼ੀਆਂ ਨੂੰ ਕਹਿੰਦਾ ਐਕੂਪ੍ਰੈਸ਼ਰ ਦੀ ਲੋੜ ਹੈ ਜੀ, ਉਹਦੇ ਕਿੱਥੇ ਲਾ ਕੇ ਦੇਖਦਾ ਤੂੰ ਥਰਮਾਮੀਟਰ ਭਾਈ? ਦੱਸ ਡਾਕਟਰ ਸਾਹਿਬ। ਉਸ ਤੋਂ ਬਾਅਦ ਕੀ ਹੁੰਦਾ ਜੀ, ਇੱਕ ਵਿਸ਼ਾਲ ਜੈਨ ਦਾ ਫੋਨ ਆਉਂਦਾ। ਉਹ ਕਹਿੰਦਾ ਬਈ ਕੌਣ ਬੋਲਦੇ ਹੋ? ਮੈਂ ਕਿਹਾ ਜੀ ਮੈਂ ਰਿੰਦਰ ਸਿੰਘ ਤੱਗੜ ਬੁਲਾਉਣ ਐਂ ਬੋਲਦਾ। ਕੀ ਕਿਹੜਾ ਮਹਿਕਮਾ? ਮੈਂ ਕਹਿੰਦਾ ਜੀ ਮੈਂ ਤਾਂ ਜਰਨਲਿਸਟ ਹੈ, ਕੋਈ ਮਹਿਕਮਾ ਨਹੀਂ। ਕਹਿੰਦਾ ਦਬਕੇ ਮਾਰਨਾ ਤੂੰ, ਧਮਕੀਆਂ ਦਿੰਦਾ। ਮੈਂ ਕਿਹਨੂੰ ਦੇ ਦਿੱਤੀ? ਗੱਲ ਤਾਂ ਮੇਰੀ ਡਾਕਟਰ ਨਾਲ ਹੋਈ ਸੀ, ਕੋਈ ਧਮਕੀ ਨਹੀਂ ਦਿੱਤੀ। ਫਿਰ ਦੋਸਤੋ ਉਹਨੇ ਕੋਈ ਇਹੋ ਜਿਹੀ ਗੱਲ ਕਹੀ, ਮੈਨੂੰ ਸ਼ਬਦ ਵਰਤਿਆ ਗੰਦਾ ਬਲੈਕਮੇਲਰ, ਅਤੇ ਫਿਰ ਮੇਰੀ ਜਿਹੜੀ ਪੰਜਾਬੀਅਤ ਹੈ ਜਾਗ ਗਈ, ਮੇਰਾ ਦੇਸੀ ਬੜਾ ਜਾਗ ਗਿਆ, ਜਾਗ ਜਾਂਦਾ। ਅਤੇ ਫਿਰ ਮੈਂ ਵੀ ਉਹਨੂੰ ਉਹ ਸੁਣਾਈ ਗੱਲ, ਉਹ ਸੁਣਾਈ, ਉਹ ਵਾਹੀ, ਅਤੇ ਉਹਨੂੰ ਪੁੱਛ ਲਓ ਯਾਦ ਰੱਖੂਗਾ। ਸੋ ਮੈਂ ਸਾਰਿਆਂ ਨੂੰ ਕਲੀਅਰ ਕਰਨਾ ਚਾਹੁੰਦਾ, ਸ਼ਰਾਫਤ ਨਾਲ ਸ਼ਰੀਫ, ਜੇ ਕੋਈ ਬੰਦਾ ਸੋਚੇ ਵੀ ਪੰਜਾਬ ਦਸਤਾਵੇਜ਼ ਨੂੰ ਗਾਲ ਕੱਢ ਦਿਆਂਗੇ, ਪੁੱਠਾ ਸਿੱਧਾ ਕਮੈਂਟ ਪਾ ਦਿਆਂਗੇ, ਹੁਣ ਤੱਕ ਤਾਂ ਮੈਂ ਰਿਹਾ ਚੁੱਪ। ਸਾਰਿਆਂ ਨੂੰ ਇਹ ਮੈਂ ਦੱਸਣਾ ਚਾਹੁੰਦਾ, ਸਪਸ਼ਟ ਕਰਨਾ ਚਾਹੁੰਦਾ, ਇਹੋ ਜਿਹਾ ਜਿੰਨਾ ਗੰਦਾ ਜਵਾਬ ਦਿਓ, ਕਮੈਂਟ ਪਾਓਗੇ ਜਾਂ ਗੱਲ ਕਰੋਗੇ, ਉਦੋਂ ਦੁੱਗਣੀ ਚੌਗਣੀ ਗੰਦੀ ਗੱਲ ਮੈਂ ਕਰਨ ਦਾ ਰੱਖਦਾ, ਹੱਕ ਵੀ ਰੱਖਦਾ, ਅਤੇ ਮੈਨੂੰ ਆਉਂਦੀ ਵੀ ਹੈ ਕਰਨੀ। ਮੈਂ ਵੀ ਦਿਹਾਤੀ ਇਲਾਕਿਆਂ 'ਚ ਜੰਮਿਆ ਪਲਿਆ, ਮਾਲਵੇ ਦੀ ਪੈਦਾਇਸ਼ ਮੇਰੀ, ਅਤੇ ਜੇ ਕੋਈ ਸੋਚਦਾ ਕਿ ਪੰਜਾਬ ਦਸਤਾਵੇਜ਼ ਨੂੰ ਗਾਲ ਕੱਢ ਕੇ ਨਿਕਲ ਜਾਂਗੇ, ਨਾ ਐਂ ਨਹੀਂ ਫਿਰ ਹੋਣ ਦਿੰਦਾ। ਜਿਹੜੀ ਨਜ਼ਰ ਮੇਰੀ ਚੜ ਗਈ ਉਹਦੀ ਜਵਾਬ ਦਿਆਂਗੇ ਠੋਕ ਕੇ, ਜਿਵੇਂ ਮੈਂ ਵਿਸ਼ਾਲ ਜੈਨ ਨੂੰ ਦਿੱਤਾ। ਸੋ ਆਓ ਦਰਸ਼ਕੋ, ਗੱਲਾਂ ਬਹੁਤ ਹੋ ਗਈਆਂ, ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਮੁੱਦੇ 'ਤੇ। ਇਹ ਵੀਡੀਓ ਵੇਖੋ ਅਤੇ ਫਿਰ ਉਹਦੇ 'ਚ ਕਮੈਂਟ ਜ਼ਰੂਰ ਕਰਿਓ ਕਿ ਕੀ ਅਸੀਂ ਇਹ ਇਸ਼ੂ ਸਹੀ ਟੇਕਅਪ ਕੀਤਾ, ਕੀ ਇਹ ਲੋਕਾਂ ਦੇ ਹੱਕ ਦੀ ਗੱਲ ਕੀਤੀ, ਕੀ ਸਰਕਾਰੀ ਖਜ਼ਾਨੇ ਨੂੰ ਬਚਾਉਣ ਦੀ ਗੱਲ ਕੀਤੀ। ਹੁਣ ਇੱਥੇ ਹੋਰ ਦੱਸ ਚੱਲਦਾ, ਮੈਨੂੰ ਯਾਦ ਆ ਗਈ, ਸਰਕਾਰੀ ਪ੍ਰਾਪਰਟੀਆਂ ਵੇਚਣ ਦਾ ਕੰਮ ਵਿੱਢਿਆ ਅਕਾਲੀ ਦਲ ਦੀ ਸਰਕਾਰ ਨੇ। ਨਹਿਰੀ ਗੈਸਟ ਹਾਊਸ ਵੇਚ ਦਿਓ, ਆਹ ਫਲਾਣੀ ਚੀਜ਼ ਵੇਚ ਦਿਓ, ਕਾਹਦੇ ਲਈ? ਕਹਿੰਦੇ ਜੀ ਖਜ਼ਾਨਾ ਖਾਲੀ ਹੋ ਰਿਹਾ, ਤਨਖਾਹਾਂ ਦੇਣੀਆਂ। ਉਹ ਸੈੱਟ ਵੇਚਤੇ। ਇੱਕ ਮੈਨੂੰ ਮਿੱਤਰ ਸਾਡਾ ਗੁਰੂ ਹਰ ਸਾਹਿਬ ਤੋਂ ਸੂਚਨਾ ਦਿੱਤੀ ਕਿ ਅਕਾਲੀ ਸਰਕਾਰ ਨੇ ਜਿਹੜੀ ਜ਼ਮੀਨ 'ਤੇ ਹੱਕ ਨਹੀਂ ਸੀ ਲੋਕਾਂ ਦੇ, ਨਜਾਇਜ਼ ਕਾਬਜ਼ ਸੀ, ਉਹਨਾਂ ਨੂੰ ਵੀ ਮਾਲਕੀ ਦੇ ਦਿੱਤੀ, ਥੋੜ੍ਹੇ ਥੋੜ੍ਹੇ ਪੈਸੇ ਲੈ ਕੇ, 4,000 ਕਿੱਲੇ ਦਾ। ਉਹ ਭਾਈ ਜਿਹੜੇ ਬੰਦਿਆਂ ਕੋਲ 25-25 30-30 ਕਿੱਲੇ 40-40 ਕਿੱਲੇ ਜ਼ਮੀਨ ਪਹਿਲਾਂ ਹੈ, ਅਤੇ ਕੁਛ ਉਹ ਨਜਾਇਜ਼ ਕਾਬਜ਼ ਨੇ, ਅਤੇ ਤੁਸੀਂ ਉਹਨਾਂ ਨੂੰ ਹੋਰ ਦੇਈ ਜਾਂਦੇ ਹੋ। ਕਿਹਦੇ ਲਈ ਕੰਮ ਕਰ ਰਹੀ ਸਰਕਾਰ? ਅਮੀਰਾਂ ਲਈ, ਰਜਵਾੜਿਆਂ ਲਈ, ਜਾਗੀਰਦਾਰਾਂ ਲਈ? ਜੇ ਜ਼ਮੀਨ ਦੇਣੀ ਸੀ ਸਰਕਾਰੀ ਤਾਂ ਫਿਰ ਗਰੀਬਾਂ ਨੂੰ ਦਿਓ, ਹਾਂ ਗਰੀਬਾਂ ਨੂੰ ਦਿਓ, ਭਾਵੇਂ ਗਰੀਬ ਜੱਟ ਹੋਵੇ ਅਤੇ ਭਾਵੇਂ ਦਲਿਤ ਹੋਵੇ, ਦਿਓ ਉਹਨਾਂ ਨੂੰ, ਕੋਈ ਇਤਰਾਜ਼ ਨਹੀਂ। ਵੋਟਾਂ ਲੈਣੀਆਂ ਸੀ ਅਕਾਲੀ ਦਲ ਬਾਦਲ ਨੇ। ਸੋ ਕਹਿਣ ਦਾ ਭਾਵ ਇਹ ਹੈ ਕਿ ਵੱਡੇ ਛੋਟੇ ਬਾਦਲ ਇਕੱਠੇ ਹੋ ਗਏ, ਇਕੱਠੇ ਹੋ ਕੇ ਕਿਹਦੇ ਹਿੱਤਾਂ ਲਈ ਕੰਮ ਕੀਤਾ? ਵੱਡੇ ਜ਼ਿਮੀਂਦਾਰਾਂ ਨੇ। ਜੇ ਜ਼ਮੀਨ ਦੇਣੀ ਹੈ ਦਿਓ ਕਿੱਲੇ ਵਾਲੇ ਨੂੰ, ਡੂਢ ਕਿੱਲੇ ਵਾਲੇ ਨੂੰ,
ਇਹ ਥੋੜ੍ਹੀ ਆ ਜਿਹੜਾ 25-25, 30-40 ਕਿੱਲੇ ਪਹਿਲਾਂ, ਫਿਰ ਨਜਾਇਜ਼ ਕਾਬਜ਼ ਵੀ ਆ ਅਤੇ ਉਹਨੂੰ ਮਾਲਕੀ ਦੇ ਹੱਕ ਦੇ ਦਿਓ। ਵਾਹ ਭਲਾ, ਸੁਣ ਲਓ ਗੱਲ, ਅਤੇ ਅਸੀਂ ਚੁਣੀ ਜਾਂਦੇ ਹਾਂ ਵਾਰ ਵਾਰ ਇਹਨਾਂ ਨੂੰ, ਇਹਨਾਂ ਨੂੰ ਚੁਣੀ ਜਾਂਦੇ, ਹਜੇ ਵੀ ਇਲੈਕਸ਼ਨ ਲੜਨ ਨੂੰ ਫਿਰਦੇ ਆ, ਬੀਜੇਪੀ ਨਾਲ ਸਾਂਠ ਗਾਂਠ ਕਰਨ ਨੂੰ ਫਿਰਦੇ ਆ। ਸੋ ਇਹ ਜਿਹੜੀ ਜਮਾਤ ਹੈ ਸਾਡੇ ਪੰਥ ਦੇ ਵਿੱਚ, ਆਪਣੇ ਆਪ ਨੂੰ ਪੰਥ ਤੈਸ਼ੀ ਕਹਿੰਦੇ ਆ, ਸਿੱਖਾਂ ਦੀ ਘੋ ਜਮਾਤ ਹੈ ਜੀ। ਮੈਨੂੰ ਇਹਦਾ ਪੂਰਾ ਸ਼ੱਕ ਹੈ ਬਾਈ ਜੀ, ਤੁਸੀਂ ਬਾਕੀ ਆਪ ਮਾਲਕ ਹੋ, ਸੋਚੋ ਵਿਚਾਰੋ ਕਿ ਇਹਨਾਂ ਦਾ ਕਿਰਦਾਰ ਹੁਣ ਤੱਕ ਪੰਜਾਬ ਦੇ ਹਿੱਤਾਂ ਲਈ ਕਿਹੋ ਜਾ ਰਿਹਾ। ਲਓ ਹੁਣ ਤੁਸੀਂ ਵੀਡੀਓ ਦਾ ਆਨੰਦ ਮਾਣੋ ਅਤੇ ਫਿਰ ਕਮੈਂਟ ਬਾਕਸ ਦੇ ਵਿੱਚ ਆਪਣੇ ਵਿਚਾਰ ਦਿਓ। ਅਸੀਂ ਖੜ੍ਹੇ ਹਾਂ ਰੱਖ ਬਾਗ, ਇਹ ਬਾਗ ਬੜਾ ਮਸ਼ਹੂਰ ਆ, ਦੇਖੋ ਬੱਚਿਆਂ ਲਈ ਟ੍ਰੇਨ ਜਾ ਰਹੀ ਆ, ਬਹੁਤ ਲੋਕ ਇਹਨੂੰ ਵਿਜ਼ਿਟ ਕਰਦੇ ਆ। ਇਸ ਬਾਗ ਦੇ ਵਿੱਚ ਕੀ ਵਿਵਾਦ ਚੱਲ ਰਿਹਾ, ਉਹ ਵਿਵਾਦ ਬਾਰੇ ਤੁਹਾਨੂੰ ਦੱਸਾਂਗੇ, ਤਾਂ ਖੁਲਾਸਾ ਕਰਾਂਗੇ ਅੱਗੇ ਚੱਲਦੇ ਚੱਲਦੇ ਖਬਰ 'ਚ। ਅਤੇ ਫਿਰ ਆਹ ਵੇਖੋ, ਨਜ਼ਰ ਮਾਰੋ ਵਾਰ ਮੈਮੋਰੀਅਲ, 30-32 ਸਾਲ ਪਹਿਲਾਂ ਇਹ ਬਣਾਇਆ ਗਿਆ ਸ਼ਹੀਦਾਂ ਦੀ ਯਾਦਗਾਰ। ਅਤੇ ਇੱਥੇ ਹੋ ਕੀ ਰਿਹਾ ਜੀ, ਇੱਥੇ ਕਬੂਤਰਬਾਜ਼ੀ ਆ, ਕਬੂਤਰ ਇੱਥੇ ਆਉਂਦੇ ਆ ਇੰਨੇ, ਹੁਣ ਦੱਸਦੇ ਵੀ ਵਾਏ ਦੇਖਾਂ ਆਉਂਦੇ ਕਿਉਂ। ਉਹ ਵੇਖੋ ਸਾਹਮਣੇ ਇੱਕ ਸੁਸਾਇਟੀ ਆ, ਉਹਦਾ ਨਾਂ ਹੈ ਜੀ ਪੰਛੀ ਸੇਵਾ ਸੁਸਾਇਟੀ, ਆਹ ਉਹਨਾਂ ਦਾ ਬੋਰਡ ਲੱਗਿਆ। ਉਹ ਕਹਿੰਦੇ ਜੀ ਅਸੀਂ ਪੰਛੀਆਂ ਦੀ ਸੇਵਾ ਕਰਨੀ। ਸੋ ਪੰਛੀਆਂ ਦੀ ਸੇਵਾ ਕਰਨ ਵਾਸਤੇ ਦਾਨ ਪੁੰਨ ਲਿਆ ਜਾਂਦਾ, ਲੋਕਾਂ ਦੀ ਸ਼ਰਧਾ ਹੁੰਦੀ ਆ, ਕਰਦੇ ਆ, ਇਟਸ ਗੁੱਡ ਕਰਨ, ਪਰ ਦੇ ਹੈਵ ਟੂ ਹੈਵ ਅ ਪ੍ਰੋਪਰ ਪਲੇਸ ਫੋਰ ਇਟ। ਇਹਦੇ ਵਾਸਤੇ ਉਹਨਾਂ ਨੂੰ ਪ੍ਰੋਪਰ ਜਗ੍ਹਾ ਹੋਣੀ ਚਾਹੀਦੀ ਹੈ, ਨਾਟ ਇਨ ਅ ਪਾਰਕ। ਸਰਕਾਰੀ ਬਾਗ ਦੇ ਵਿੱਚ ਤੁਸੀਂ ਪ੍ਰਾਈਵੇਟ ਸੁਸਾਇਟੀ ਨੂੰ ਥਾਂ ਦੇ ਕੇ ਸ਼ੈੱਡ ਪਵਾ ਕੇ ਅਤੇ ਉਹ ਡੋਨੇਸ਼ਨ ਇਕੱਠੀਆਂ ਕਰਨ, ਚੰਦਾ ਇਕੱਠਾ ਕਰਨ, ਇਹ ਕਿਵੇਂ ਜਸਟੀਫਾਈਡ ਹੈ? ਤੁਹਾਨੂੰ ਇਸ ਬਾਗ ਦੇ ਉੱਤੇ ਇੱਕ ਪ੍ਰਾਈਵੇਟ ਕੰਪਨੀ ਦਾ ਵੀ ਕੰਟਰੋਲ ਹੈਗਾ। ਆਹ ਵੇਖੋ ਉੱਡਦੇ ਆ ਨਾ ਜੀ ਕਬੂਤਰ, ਜਦੋਂ ਉੱਡਦੇ ਆ ਦੇ ਕ੍ਰੀਏਟ ਪੋਲਿਊਸ਼ਨ, ਇਹਨਾਂ ਦੇ ਫੰਗ ਛੋਟੇ ਛੋਟੇ ਉੜ ਕੇ ਤੁਹਾਡੇ ਨੱਕ 'ਚ ਵੜਦੇ ਆ ਸਾਹ ਨਾਲ, ਇਹਦਾ ਕਾਰਨ ਬਣਦਾ ਡਿਜ਼ੀਜ਼ ਦਾ। ਲੋਕ ਆਉਂਦੇ ਫਿਰ ਆਪਣੀ ਸਿਹਤ ਠੀਕ ਕਰਨ, ਇਹ ਹੋ ਕੀ ਰਿਹਾ? ਯੂ ਕੈਨ ਸੀ, ਉਸ ਪ੍ਰਾਈਵੇਟ ਕੰਪਨੀ ਦਾ ਤੁਹਾਨੂੰ ਵਿਸਤਾਰ ਨਾਲ ਖੁਲਾਸਾ ਕਰਾਂਗੇ ਥੋੜ੍ਹੀ ਦੇਰ ਬਾਅਦ। ਸੋ ਉਹ ਕੰਪਨੀ ਕੀ ਕਰ ਰਹੀ ਹੈ ਜੀ, ਇਹਨੂੰ ਕੰਟਰੋਲ, ਉਹਨੂੰ ਮੈਂਟੇਨੈਂਸ ਵਾਸਤੇ ਦਿੱਤਾ, ਜਿਹਨੂੰ ਕਹਿੰਦੇ ਆ ਜੀ ਕਾਰਪੋਰੇਟ ਸੋਸ਼ਲ ਰਿਸਪੋਂਸੀਬਿਲਿਟੀ ਲਈ। ਹਰ ਪ੍ਰਾਈਵੇਟ ਕੰਪਨੀ ਨੇ ਕੁਛ ਫੰਡ ਕੱਢਣਾ ਹੁੰਦਾ ਆਪਣੇ ਪ੍ਰੋਫਿਟ 'ਚੋਂ, ਇਹ ਲਾਅ ਬਣ ਚੁੱਕਿਆ ਕਿ ਉਹ ਸਮਾਜ 'ਤੇ ਖਰਚੇ, ਸਮਾਜ 'ਤੇ ਖਰਚਣਾ, ਪਰ ਸਮਾਜ ਲਈ ਬਣੇ ਜਿਹੜੇ ਅਦਾਰੇ ਆ ਪਾਕ ਐਟਸੈਟਰਾ, ਉਹਨਾਂ ਨੂੰ ਟੇਕ ਓਵਰ ਨਹੀਂ ਕਰ ਸਕਦੇ, ਉਹਦੇ ਮਾਲਕ ਨਹੀਂ ਬਣ ਸਕਦੇ, ਉੱਥੇ ਆਪਣੇ ਬੁੱਤ ਨਹੀਂ ਲਾ ਸਕਦੇ, ਸਟੈਚੂ ਨਹੀਂ ਲਾ ਸਕਦੇ, ਕਿਉਂਕਿ ਸਰਕਾਰੀ ਜ਼ਮੀਨ ਆ। 11 ਏਕੜ 'ਚ ਬਣਿਆ ਹੋਇਆ ਇਹ ਪਾਰਕ, ਬਿਊਟੀਫੁਲ ਪਾਰਕ, ਲੋਕੇਸ਼ਨ ਬਹੁਤ ਅੱਛੀ। ਸਾਹਮਣੇ ਹੈਗਾ ਜੀ ਗੁਰੂ ਨਾਨਕ ਸਟੇਡੀਅਮ, ਕਹਿੰਦਾ ਘੁੰਮਦਾ ਮਸ਼ਹੂਰ ਸਟੇਡੀਅਮ, ਅਤੇ ਆਹ ਸਟੇਡੀਅਮ ਰੋਡ ਆ, ਅੱਗੇ ਕਚਹਿਰੀਆਂ ਵੀ ਹੈ, ਪੁਰਾਣੀਆਂ ਹੁੰਦੀਆਂ ਸੀ, ਹੁਣ ਉੱਥੇ ਕਮੇਟੀ ਦਾ ਦਫ਼ਤਰ ਹੈ। ਅਤੇ ਬਾਗ ਤੁਹਾਨੂੰ ਸਾਰਾ ਵਿਖਾਵਾਂਗੇ ਘੁੰਮ ਘੁੰਮਾ ਕੇ, ਇਹ ਸੁਸਾਇਟੀ ਵਾਲਿਆਂ ਨਾਲ ਗੱਲ ਵੀ ਕਰਾਂਗੇ ਕਿ ਇਹਨਾਂ ਨੂੰ ਕਿਸ ਹਿਸਾਬ ਨਾਲ ਇਹ ਸਾਰੀ ਦਿੱਤੀ ਗਈ ਥਾਂ। ਆਹ ਦੇਖੋ, ਆਹ ਵੇਖੋ ਤੁਸੀਂ, ਹੁਣ ਭਾਈ ਸ਼ਰਧਾ ਤਾਂ ਹੁੰਦੀ ਆ, ਸਾਰਿਆਂ ਦੀ ਹੁੰਦੀ ਆ, ਲਵ ਟੂਵਰਡਸ ਐਨੀਮਲਸ ਵੀ ਹੋਣਾ ਚਾਹੀਦਾ, ਬਿਲਕੁਲ ਹੋਣਾ ਚਾਹੀਦਾ। ਮੇਨਕਾ ਗਾਂਧੀ ਨੇ ਤਾਂ ਕੁੱਤਿਆਂ ਪਤਾ ਵੀ ਬਹੁਤ ਔਖਾ ਜਿਹਾ ਕਰਤਾ ਕੰਮ, ਵੀ ਕੁੱਤੇ ਤੁਸੀਂ ਇਹਨਾਂ ਛੇੜਨਾ ਨਹੀਂ, ਇਹਨਾਂ ਨੂੰ ਮਾਰਨਾ ਨਹੀਂ, ਅਤੇ ਕੁੱਤੇ ਭਾਵੇਂ ਲੋਕਾਂ ਨੂੰ ਵੱਢੀ ਜਾਣ। ਕਿਆ ਮੇਰੀ ਓਪੀਨੀਅਨ ਤਾਂ ਡਿਫਰੈਂਟ ਆ, ਜਿਸ ਚੀਜ਼ ਦਾ ਸਮਾਜ ਨੂੰ ਨੁਕਸਾਨ ਹੁੰਦਾ, ਇਨਸਾਨ ਨੂੰ ਖਤਰਾ ਜਿਸ ਚੀਜ਼ ਤੋਂ, ਉਹਦਾ ਤਾਂ ਫਿਰ ਟਾਕਰਾ ਕਰਨਾ ਹੀ ਚਾਹੀਦਾ। ਵੈਲ ਆਹ ਜਿਹੜੀ ਸੁਸਾਇਟੀ ਹੈ, ਦੇਖੋ ਤੁਸੀਂ ਆਹ ਵੇਖੋ, ਡਰ ਆਉਂਦਾ ਵੀ ਉੱਤੋਂ ਕੀ ਆ ਗਿਆ ਜੀ, ਵੈਰੀ ਸਟਰੇਂਜ। ਅਤੇ ਇਹਦੇ ਬਾਰੇ ਹੁਣ ਗੱਲ ਕਰਾਂਗੇ, ਸੁਸਾਇਟੀ ਦੇ ਕੁਛ ਲੋਕਾਂ ਨਾਲ ਵੀ ਗੱਲ ਕਰਾਂਗੇ,
ਇਹਨੂੰ ਚਲਾਉਂਦੇ ਕੌਣ ਨੇ, ਇਹਦਾ ਪ੍ਰਧਾਨ ਕੌਣ ਹੈ, ਅਤੇ ਇਹਨਾਂ ਨੂੰ ਜਗ੍ਹਾ ਕਿਵੇਂ ਦਿੱਤੀ ਹੈ, ਕਿਉਂ ਦਿੱਤੀ ਹੈ, ਕਿੰਨਾ ਰੂਲਸ ਦੇ ਮੁਤਾਬਕ ਦਿੱਤੀ ਆ, ਕੀ ਇਹ ਮਿਊਂਸੀਪਲ ਕਾਰਪੋਰੇਸ਼ਨ ਦੀ ਜਗ੍ਹਾ ਦਿੱਤੀ ਆ ਕਿ ਆਪੇ ਮੱਲ ਲਈ ਆ ਇਹ? ਹਾਊ ਡੇ ਦੇ ਡੂ ਇਟ? ਬਿਨਾਂ ਇਜਾਜ਼ਤ, ਬਿਨਾਂ ਇਜਾਜ਼ਤ? ਸਾਨੂੰ ਇਹ ਸੂਚਨਾ ਮਿਲੀ ਆ ਕਿ ਕੋਈ ਇਜਾਜ਼ਤ ਇਹਨਾਂ ਕੋਲ ਹੈ ਨਹੀਂ ਸਰਕਾਰ ਵੱਲੋਂ। ਕਿਹਦੇ ਵੱਲੋਂ ਇਜਾਜ਼ਤ? ਪ੍ਰਾਈਵੇਟ ਕੰਪਨੀ ਵੱਲੋਂ, ਜਿਹਨਾਂ ਨੂੰ ਦੇਖ ਰੇਖ ਲਈ ਇਹ ਪਾਰਕ ਦਿੱਤਾ ਗਿਆ। ਆਓ ਅੱਗੇ ਚੱਲਦੇ ਹਾਂ। ਪਾਰਕ ਦਾ ਦੌਰਾ ਕਰਦੇ ਕਰਦੇ ਅਸੀਂ ਪਹੁੰਚੇ ਹਾਂ ਇਸ ਬੋਰਡ ਦੇ ਕੋਲ। ਇਹ ਲਿਖਿਆ ਡਾਕਟਰ ਅਰਵਿੰਦਰ ਸਿੰਘ MD ਐਕੂਪ੍ਰੈਸ਼ਰ, ਥੱਲੇ ਨੰਬਰ ਦਿੱਤਾ, ਟਾਈਮਿੰਗ ਦਿੱਤਾ ਵੀ ਇੰਨੇ ਵਜੇ ਤੋਂ ਇੰਨੇ ਵਜੇ ਤੱਕ ਪਾਰਕ 'ਚ ਆ ਜਾਓ ਅਤੇ ਤੁਹਾਡਾ ਇਲਾਜ ਕਰਾਂਗੇ। ਇਹ ਇਲਾਜ ਮੁਫਤ ਨਹੀਂ ਕਰਦੇ ਡਾਕਟਰ ਸਾਹਿਬ, ਇਹ ਰੁਪਈਏ ਲੈਂਦੇ ਆ, ਨਾਲੇ ਨੰਬਰ ਦਿੰਦੇ ਆ, ਫਿਰ ਕਹਿੰਦੇ ਤੁਸੀਂ ਘਰੇ ਆ ਜਾਓ, ਉੱਥੇ ਆ ਜਾਓ, ਫਿਰ ਮਤਲਬ ਕਮਰਸ਼ੀਅਲ ਐਕਟੀਵਿਟੀ ਇਸ ਪਾਰਕ ਦੇ ਵਿੱਚ ਹੋ ਰਹੀ ਹੈ। ਇਹ ਅਲਾਊਡ ਆ? ਕਿਹੜੇ ਕਾਨੂੰਨ ਦੇ ਮੁਤਾਬਕ? ਤੁਸੀਂ ਐਂ ਤਾਂ ਫਿਰ ਇੱਥੇ ਹੋਰ ਕੋਈ ਵੀ ਆਜੂਗਾ, ਕੱਲ੍ਹ ਨੂੰ ਦੰਦਾਂ ਵਾਲਾ ਵੀ ਆਜੂਗਾ, ਜਿਹੜੇ ਤੁਰੇ ਫਿਰਦੇ ਸਾਈਕਲ 'ਤੇ ਲੈ ਦੰਦ ਕਢਾ ਲਓ ਕਢਾ ਲਓ, ਉਹ ਵੀ ਲਾ ਲੈਣਗੇ। ਇਹ ਤਰੀਕਾ ਜੀ ਕੋਈ? ਫਿਰ ਇੱਕ ਬੋਰਡ ਉੱਥੇ ਲਾਇਆ, ਫਿਰ ਇਹ ਪਤਾ ਦੱਸਿਆ ਮੈਨੂੰ ਖਹਿਰਾ ਸਾਹਿਬ ਨੇ, ਜਿਹੜੇ ਪ੍ਰਧਾਨ ਹੈ NGO ਦੇ ਵਿਜੀਲੈਂਟ ਗਰੁੱਪ ਦੇ, ਉਹ ਕਹਿੰਦੇ ਆ ਕਿ ਐਫੀਡੇਵਿਟ, ਕਹਿੰਦੇ ਜੀ ਅਸੀਂ ਹਟਾ ਤੇ ਸਾਰੇ ਬੋਰਡ, ਕਾਰਪੋਰੇਸ਼ਨ ਵਾਲੇ ਕਹਿੰਦੇ ਇਹਨਾਂ ਕੋਲ ਐਫੀਡੇਵਿਟ ਹੈ। ਹਟਾਏ ਕਿੱਥੇ ਆ? ਆਹ ਦਿਖੀ ਜਾਂਦੇ, ਇਹ ਅੰਨੇ ਨੂੰ ਵੀ ਦਿਖਦਾ ਬੋਰਡ ਲੱਗਿਆ ਸਾਹਮਣੇ, ਅਤੇ MC ਨੂੰ ਨਹੀਂ ਦਿਖਦਾ। ਹਾਊ ਸਟ੍ਰੈਂਜ, ਹਾਊ ਸਟ੍ਰੈਂਜ! ਜੇ ਤੁਸੀਂ ਬੋਰਡ ਨਹੀਂ ਹਟਾਏ ਭਾਈ, ਐਫੀਡੇਵਿਟ ਝੂਠਾ ਕਿਉਂ ਦੇ ਰਹੇ ਹੋ? ਮੈਂ ਤਾਂ ਰਿਕੁਐਸਟ ਕਰੂੰਗਾ ਵੀ ਇਹਨਾਂ 'ਤੇ ਦਾਵਾ ਪਾ ਦਿਓ, ਇਹਨਾਂ ਨੂੰ ਕੈਦ ਕਰਾਓ ਜਿਹੜਾ ਝੂਠਾ ਐਫੀਡੇਵਿਟ ਦਿੰਦੇ ਆ। ਝੂਠਾ ਐਫੀਡੇਵਿਟ ਦੇਣ ਦਾ ਦੋਸਤੋ ਕੈਦ ਹੋ ਜਾਂਦੀ ਆ, ਅਤੇ ਇਹਨਾਂ ਨੂੰ ਡਰ ਕੋਈ ਨਹੀਂ। ਆਓ ਅੱਗੇ ਚੱਲਦੇ, ਹੋਰ ਬਹੁਤ ਕੁਛ ਆ ਤੁਹਾਨੂੰ ਵਿਖਾਉਣ ਵਾਲਾ, ਸਿੱਧੀ ਗੱਲਬਾਤ ਕਰਾਂਗੇ ਖਹਿਰਾ ਸਾਹਿਬ ਨਾਲ। ਆਹ ਉਹਨਾਂ ਦੇ ਸਮਰਥਕ ਨੇ, ਇੱਕ ਹੋਰ ਇਸੇ NGO ਦੇ, ਇਹਨਾਂ ਨਾਲ ਕੀ ਨਾਮ ਥੋੜ੍ਹਾ ਭਾਅ ਜੀ? ਹਾਂ, ਮੈਣੀ ਸਾਹਿਬ ਨੇ, ਇਹਨਾਂ ਨੇ ਪਟੀਸ਼ਨ ਵੀ ਪਾਈ ਹੈ, ਸਾਰਾ ਕੁਛ ਕਰਾਂਗੇ, ਤੁਹਾਨੂੰ ਦੱਸਾਂਗੇ ਕਿ ਇਸ ਰੱਖ ਬਾਗ ਪ੍ਰਾਈਮ ਲੋਕੈਲਿਟੀ, ਪ੍ਰਾਈਮ ਪ੍ਰੋਪਰਟੀ 'ਤੇ ਕਿਵੇਂ ਲੋਕ ਕਬਜ਼ਾ ਕਰਨ ਨੂੰ ਫਿਰਦੇ ਆ। ਆਓ ਚੱਲੀਏ। ਦਰਸ਼ਕਾਂ ਨੂੰ ਲੈ ਆਏ ਹਾਂ ਅਸੀਂ ਇੱਕ ਇਹੋ ਜਿਹੀ ਥਾਂ 'ਤੇ ਜਿੱਥੇ ਐਮਿਊਜ਼ਮੈਂਟ ਦੇ ਟੋਇਜ਼ ਆ। ਵੇਖੋ ਜੋਏਲੈਂਡ ਥੱਲੇ ਕੀ ਲਿਖਿਆ, OP ਮੁੰਜਾਲ ਰੱਖ ਬਾਗ। OP ਮੁੰਜਾਲ ਕੌਣ ਸੀ? ਇਹ ਹੀਰੋ ਗਰੁੱਪ ਦਾ ਮਾਲਕ ਸੀ, ਜਿਹੜੇ ਆ ਹੀਰੋ ਮੋਟਰਸਾਈਕਲ, ਸਕੂਟਰ, ਸਕੂਟਰੀਆਂ ਬਣਾਉਂਦੇ ਆ, ਬਹੁਤ ਵੱਡੇ ਅਮੀਰ ਬੰਦੇ ਆ ਜੀ। ਉਹਨਾਂ ਨੂੰ ਕਾਰਪੋਰੇਟ ਸੋਸ਼ਲ ਰਿਸਪੋਂਸੀਬਿਲਟੀ ਦੇ ਤਹਿਤ ਇਹ ਪਾਰਕ ਦੀ ਰਿਸਪੋਂਸੀਬਿਲਟੀ ਦਿੱਤੀ ਗਈ ਕਿ ਤੁਸੀਂ ਭਾਈ ਜਿਹੜਾ ਫੰਡ ਕੱਢਣਾ ਸਮਾਜ ਲਈ, ਇਹਨੂੰ ਮੇਨਟੇਨ ਕਰ ਲਓ, ਸਰਕਾਰ ਤੋਂ ਜ਼ਿੰਮੇਵਾਰੀ ਯਾਨੀ ਕਿ ਖਜ਼ਾਨੇ 'ਤੇ ਘਟਾ ਦਿਓ, ਅਤੇ ਨਾ ਹੀ ਬਦਲਤਾ ਕਹਿੰਦੇ ਲੈ ਭਾਈ ਤੁਸੀਂ, ਅਸੀਂ ਮੇਨਟੇਨ ਕਰਾਂਗੇ, ਤੁਸੀਂ ਸਾਡੇ ਬਾਪੂ ਦੇ ਨਾਂ ਪਿੱਛੇ ਨਾਂ ਰੱਖ ਦਿਓ। ਇਹ ਤਾਂ ਇਹਨਾਂ ਨੇ ਕਰਤਾ, ਸਰਕਾਰੀ ਬਾਗ, ਹਿਸਟੋਰੀਕਲ ਬਾਗ, ਲੁਧਿਆਣੇ ਸ਼ਹਿਰ ਦੀ ਜਿੰਦ ਜਾਨ, ਪ੍ਰਾਈਮ ਲੋਕੈਲਿਟੀ, ਬਹੁਤ ਵਧੀਆ ਲੋਕੇਸ਼ਨ, ਅਤੇ ਨਾਂ ਕਹਿੰਦੇ OP ਮੁੰਜਾਲ ਰੱਖ ਬਾਗ। ਕਿਉਂ ਭਾਈ? ਤੂੰ ਉਹਦੀ ਫੈਕਟਰੀ ਦਾ ਨਾਂ ਰੱਖ, OP ਮੁੰਜਾਲ ਰੱਖ, ਜੋ ਮਰਜ਼ੀ ਰੱਖ ਭਾਈ, ਇਹ ਤਾਂ ਲੋਕਾਂ ਦਾ ਬਾਗ ਹੈ, ਸਰਕਾਰ ਦੇ ਪੈਸੇ ਦਾ ਬਾਗ ਹੈ। ਹਾਊ ਕੈਨ ਯੂ ਡੂ ਇਟ? ਹੁਣ ਤੁਹਾਡੀ ਗੱਲ ਕਰਾਵਾਂਗੇ ਯੋਗੇਸ਼ ਮੈਣੀ ਸਾਹਿਬ ਦੇ ਨਾਲ, ਜਿਨ੍ਹਾਂ ਨੇ ਇਸ ਕੇ ਪਾਰਕ ਦੇ ਹਿੱਤ ਸੁਰੱਖਿਅਤ ਕਰਨ ਲਈ ਅਦਾਲਤ ਦਾ ਦਰਵਾਜ਼ਾ ਖੜਕਾਇਆ। ਗੱਲਬਾਤ ਕਰਦੇ ਹਾਂ। ਹਾਂਜੀ, ਕਿਵੇਂ ਤੁਸੀਂ ਕੀ ਲੜਾਈ ਲੜ ਰਹੇ ਹੋ ਜੀ? ਨਮਸਕਾਰ ਜੀ, ਪਹਿਲਾਂ ਤਾਂ ਸਾਰੇ ਸਰੋਤਿਆਂ ਨੂੰ। ਐਕਚੁਲੀ ਸਾਡੀ ਜਿਹੜੀ ਲੜਾਈ ਹੈ, ਇਹ ਇੱਕ ਇਨਵਾਇਰਮੈਂਟ ਨਾਲ ਰਿਲੇਟਡ ਪਹਿਲਾਂ ਤਾਂ ਲੜਾਈ ਹੈ। ਇਹ ਇੰਨੀ ਵਧੀਆ ਪ੍ਰਾਈਮ ਲੋਕੇਸ਼ਨ ਹੈ ਜਿੱਥੇ ਕਿ ਸਰਕਾਰਾਂ ਨੇ, ਕਾਰਪੋਰੇਸ਼ਨਾਂ ਨੇ ਕੁਛ ਵੱਡੇ ਅਦਾਰਿਆਂ ਨੂੰ ਉਹਨਾਂ ਦੇ ਨਿੱਜੀ ਫਾਇਦਿਆਂ ਲਈ ਇਹ ਜਗ੍ਹਾ ਦੇ ਦਿੱਤੀ, ਪਰ ਜਿਨ੍ਹਾਂ ਨੇ ਇੱਥੇ ਕਮਰਸ਼ਲਾਈਜ਼ ਕੀਤਾ ਹੋਇਆ ਕੰਮ, ਤੁਸੀਂ ਦੇਖ ਸਕਦੇ ਹੋ, ਤੁਹਾਨੂੰ ਹੋਰ ਵੀ ਹਜੇ ਬਹੁਤ ਤੁਸੀਂ ਦੇਖੋਗੇ ਅੱਗੇ ਅੱਗੇ ਕੀ ਕੁਛ ਕੀਤਾ ਹੋਇਆ। ਕੁਛ ਅਦਾਰੇ, ਕੁਛ ਉੱਥੇ
ਕਬੂਤਰਾਂ ਨੂੰ ਪੰਛੀ ਨੂੰ ਪਾ ਰਹੇ ਆ, ਉਹ ਲੋਕ ਉੱਥੇ ਫੰਡ ਇਕੱਠਾ ਕਰ ਰਹੇ ਬਿਨਾਂ ਕਾਰਪੋਰੇਸ਼ਨਾਂ ਦੀ। ਕਿਆ ਕਾਰਪੋਰੇਸ਼ਨ ਸਾਹਿਬ ਨੂੰ, ਕਮਿਸ਼ਨਰ ਸਾਹਿਬ ਨੂੰ ਪਤਾ ਨਹੀਂ? ਕਮਿਸ਼ਨਰ ਸਾਹਿਬ ਦੀ ਕੋਠੀ ਸਾਹਮਣੇ ਆ, ਉਹਨਾਂ ਨੇ ਕਦੀ ਆ ਕੇ ਇੱਥੇ ਦੇਖਿਆ ਨਹੀਂ ਇੱਥੇ ਕੀ ਕੁਛ ਹੋ ਰਿਹਾ ਵਾ। ਆਹ ਟਿਕਟਾਂ ਵੀ ਲਾਤੀਆਂ ਜੀ, ਔਰ ਦੇਖੋ 50,000-100,000 ਰੁਪਇਆ ਟਿਕਟ। ਔਰ ਮੇਨ ਇਸ਼ੂ ਇਹ ਹੈ ਕਿ ਜਦੋਂ ਠੇਕੇ ਫੜੇ ਜਾਂਦੇ ਇਹਨਾਂ ਨੇ, ਜਦੋਂ ਵੀ ਇਹਨਾਂ ਨੂੰ ਮੇਨਟੇਨੈਂਸ ਲਈ ਪਾਰਕ ਦਿੱਤਾ ਤਾਂ ਉਹਦੇ ਐਗਰੀਮੈਂਟ ਪਾਲਸੀਆਂ ਦੇ ਖਿਲਾਫ ਇਹ ਕੰਮ ਕਰ ਰਹੇ ਨੇ। 10 ਰੁਪਏ ਦਾ ਝੂਲਾ ਇਹਨਾਂ ਨੂੰ ਕਿਹਾ ਗਿਆ ਸੀ ਜੋ ਵੀ ਇਹਨਾਂ ਦੇ ਐਗਰੀਮੈਂਟ ਸੀਗੇ, ਔਰ ਇਹ ਅੱਜ 50-100 ਰੁਪਏ ਵਸੂਲ ਰਹੇ ਨੇ, ਔਰ ਫਰਾਈਡੇ ਸੈਚਰਡੇ ਸੰਡੇ ਡਬਲ ਰੇਟ ਵਸੂਲ ਰਹੇ ਨੇ ਝੂਲਿਆਂ ਦੇ। ਮੈਂ ਤੁਹਾਨੂੰ ਦੱਸਦਾ ਜੀ ਦਰਸ਼ਕੋ, ਬਿਜ਼ਨਸਮੈਨ ਦੀ ਮੈਂਟੈਲਿਟੀ ਦੱਸਦਾ। ਬਿਜ਼ਨਸਮੈਨ ਉਹਨੂੰ ਕਿਹਾ ਵੀ ਤੂੰ ਜਿਹੜਾ ਕਾਰਪੋਰੇਟ ਸੋਸ਼ਲ ਰਿਸਪੋਂਸੀਬਿਲਟੀ ਫੰਡ ਤੂੰ ਕੱਢਣਾ ਪ੍ਰੋਫਿਟ 'ਚੋਂ ਕਾਨੂੰਨ ਦੇ ਮੁਤਾਬਕ, ਉਹ ਖਰਚਣਾ। ਬਾਬਾ ਜੀ ਨੇ ਕੀਤਾ ਕਿ ਓ ਪੀ ਮੁੰਜਾਲ ਸਾਹਿਬ ਦੇ ਬੰਦਿਆਂ ਨੇ ਜਾਂ ਬੱਚਿਆਂ ਨੇ ਜਾਂ ਉਹਨਾਂ ਦੀ ਮੈਨੇਜਮੈਂਟ ਨੇ, ਮੁੰਜਾਲ ਸਾਹਿਬ ਦੇ ਜਵਾਕ ਪਤਾ ਕੀ ਕਹਿੰਦੇ ਆ? ਕਹਿੰਦੇ ਠੀਕ ਆ ਜੀ, ਕੋਈ ਨਹੀਂ, ਕਰ ਦਿੰਦੇ ਕੰਮ, ਅਸੀਂ ਰੂਲਸ ਦੀ ਕਾਨੂੰਨ ਦੀ ਪਾਲਣਾ ਕਰ ਲੈਂਦੇ ਹਾਂ। ਅਤੇ ਕਰਦੇ ਕਰਦੇ ਕੀ ਕੀਤੇ, ਇੱਥੋਂ ਪੈਸੇ ਕਮਾਉਣੇ ਸ਼ੁਰੂ ਕਰਤੇ। ਜਿੰਨਾ ਕੁ ਪੈਸਾ ਇੱਥੇ ਲਾਉਣਾ ਬਣਦਾ ਦਿਖਾਈ ਤਾਂ ਜਾਂਦੇ ਆ ਜੀ, ਇਹ ਕਾਰਪੋਰੇਟ ਸੋਸ਼ਲ ਰਿਸਪੋਂਸੀਬਿਲਟੀ ਦੇ ਫੰਡ ਖਰਚ ਕੇ ਅਸੀਂ ਮੇਨਟੇਨ ਕਰ ਰਹੇ। ਭਾਈ ਜੇ ਤੁਸੀਂ ਮੇਨਟੇਨ ਕਰ ਰਹੇ ਹੋ, ਮੈਂ ਟਿਕਟਾਂ ਵਾਲੀਆਂ ਕਿਉਂ ਲਾਤੀਆਂ? ਤੂੰ ਕਿਹਾ ਤੁਹਾਨੂੰ 10 ਰੁਪਏ ਹੈ ਝੂਲੇ ਦੇ, ਲਈ ਜੇ 50 ਰੁਪਏ 100 ਰੁਪਏ ਕਿਉਂ ਭਾਈ? ਕੋਈ ਪੁੱਛਣ ਵਾਲਾ ਹੈ ਨਹੀਂ? ਪਰ ਉਸ ਤੋਂ ਕੀ ਕਰਦੇ ਆ ਜੀ ਅਧਿਕਾਰੀ, ਤੁਹਾਡੇ ਇੱਥੇ ਆਈ ਐਸ ਅਫਸਰ ਬੈਠੇ ਆ, ਕੁਛ ਨਹੀਂ ਕਰਦੇ ਜੀ। ਤਾਂ ਫਿਰ ਘੇਰਾ ਕਿਉਂ ਨਹੀਂ ਪਾਉਂਦੇ? ਬਲਕਿ ਐਨ ਜੀ ਟੀ 'ਚ ਝਾੜ ਹੀ ਪਈ ਹੈ ਜੀ, ਮਾਣਯੋਗ ਸਾਡੇ ਕਮਿਸ਼ਨਰ ਸਾਹਿਬ ਸੰਦੀਪ ਰਿਸ਼ੀ ਜੀ ਨੂੰ। ਹਾਂ, ਖੁਦ ਸਾਡੀ ਵੀ ਸੀ ਸੀਗੀ, ਲਾਈਵ ਕਾਲ ਚੱਲ ਰਹੀ ਸੀਗੀ, ਉਹਨਾਂ ਨੇ ਖੁਦ ਬੋਲਿਆ, ਇਹਨਾਂ ਨੇ ਉਹਨਾਂ ਦੇ ਐਫੀਡੈਵਿਟ ਪਏ ਹੈਗੀ ਆ। ਪਹਿਲਾਂ ਇਹਨਾਂ ਨੇ ਕਿਸੇ ਆਪ ਹੀ ਇਹਨਾਂ ਨੇ ਕੋਈ ਆਪਣੀ ਸਿਸਟਰ ਕੰਸਰਨ ਸੈਕਿੰਡ ਫਰਮ ਬਣਾ ਕੇ ਉਹਨਾਂ ਨੂੰ ਦੇ ਦਿੱਤਾ ਠੇਕਾ, ਤੀਜੇ ਭਾਂਜੇ ਨੂੰ, ਛੋਟੇ ਨੂੰ ਖਿਲਾਫ ਦੀ ਕਿਸੇ ਨੂੰ ਹੁਣ ਵੀ ਦਿੱਤਾ ਹੋਇਆ, ਬਟ ਹੁਣ ਇਹ ਕਹਿੰਦੇ ਅਸੀਂ ਇੱਥੋਂ ਬੋਰਡ ਵਗੈਰਾ ਤਰਵਾ ਤੇ। ਔਰ ਅੱਗੇ ਅੱਗੇ ਇਹ ਤੁਸੀਂ ਦੇਖਿਓ ਕਿੰਨਾ ਕੁਛ ਇਹਨਾਂ ਦਾ ਕਮਾਈ ਦਾ ਜ਼ਰੀਆ ਬਣਿਆ। ਮੇਨਟੇਨੈਂਸ ਤੁਸੀਂ ਆਪ ਦੇਖੋ, ਇਹ ਕੋਈ ਸਫਾਈਆਂ ਹੋਈਆਂ ਹੋਈਆਂ, ਮੈਨੂੰ ਦੱਸੋ ਕਿਤੇ ਲਿਫਾਫੇ ਕੂੜੇ ਸਭ ਕੁਝ ਪਿਆ ਹੋਇਆ, ਡਸਟਬਿਨ ਤੱਕ ਨਹੀਂ ਇਹਨਾਂ ਲੋਕਾਂ ਨੇ ਰੱਖੇ, ਤਾਂ ਇਹਨਾਂ ਨੇ ਕੀ ਇੱਥੇ ਸਫਾਈਆਂ ਕਰਨੀਆਂ? ਵੈਰੀ ਸੈਡ, ਸ਼ੇਮ ਔਨ ਯੂ, ਜਿਹੜੀ ਵੀ ਕੰਪਨੀ ਨੂੰ ਸੰਭਾਲਦੀ ਹੈ ਦੀ ਹੀਰੋ ਗਰੁੱਪ, ਸ਼ੇਮ ਔਨ ਯੂ। ਭਾਈ ਸਾਹਿਬ ਕੌਣ ਸੀ ਟਿਕਟ ਦੋਗੇ ਹਮੇ? ਰੇਟ ਬਤਾਓ ਨਾ ਕਿੰਨਾ ਕਿੰਨਾ ਹੈ ਉਹ ਘੁੰਮਣ ਵਾਲੇ ਕਾ? 50 ਰੁਪਏ? ਅੱਛਾ, ਤੋ ਇਹ ਉਹ ਬੜਾ ਉਹ ਕਿਸ਼ਤੀ ਕਾ, ਕਿਸ਼ਤੀ ਕਾ ਉਹ ਵੀ 50 ਰੁਪਏ? ਅੱਛਾ, ਤੋ ਆਪਕਾ ਇਹ ਠੇਕਾ ਲਿਆ ਹੁਆ ਹੈ? ਉੱਚੀ ਬੋਲੇ ਯਾਰ, ਹੈਂ? ਔਰ ਕਿਆ ਕਾਮ, ਕਹਾਂ ਕਾਮ ਕਰਦੇ ਹੋ ਆਪ? ਤੂੰ ਕਾਮ ਨਹੀਂ, ਆਮ ਮੈਂ ਕਿਆ ਕਰਤਾ ਵੀ ਬੈਠਾ ਤੂੰ? ਕਿਆ ਨਾਮ ਹੈ ਤੇਰਾ ਭਾਈ? ਕਰਨ। ਤੋ ਕਰਨ ਭਾਈ, ਤੁਮ ਕਿਆ ਕਾਮ ਤੋ ਤੁਮ ਕਰਦੇ ਨਹੀਂ ਹੋ, ਮੁਲਾਜ਼ਮ ਨਹੀਂ ਹੋ, ਤੋ ਫਿਰ ਇਹ ਟਿਕਟਾਂ ਕਿਸ ਕੇ ਕੱਟ ਰਹੇ ਹੋ ਆਪ? ਹੈਂ, ਵੈਸੇ ਐਸੇ ਹੀ ਔਰ ਕਾਮ ਦਾਮ ਨਹੀਂ, ਪੜ੍ਹਦੇ ਵੜਤੇ ਨਹੀਂ ਹੋ, ਤੋ ਫਿਰ ਘਰ ਵਾਲੇ ਕੈਸੇ ਆਉਣੇ ਦਿੱਤੇ ਬਿਨਾਂ ਪੈਸੇ ਸਿੱਖ ਪਾਠਨ ਕਰਤੇ ਹੋ ਨਾ? ਫਿਰ ਕੌਣ ਦਿੱਤਾ ਪੈਸੇ ਤੁਮੇ, ਤਨਖਾਹ ਕੌਣ ਦਿੱਤਾ? ਕੌਣ ਜਹਾਂ ਪੇ ਕੌਣ ਕਿਸ ਕੇ ਪਾਸ ਕੰਮ, ਕੌਣ ਚਲਾ ਰਿਹਾ ਇਸਕੋ? ਚਲੋ ਠੀਕ ਹੈ। ਸੋ ਤੁਹਾਨੂੰ ਦੱਸਿਆ ਵੀ ਉਹ ਕਹਿੰਦਾ ਮੁੰਡਾ ਕਰਨ ਵੀ 50 ਰੁਪਈਏ ਆ ਇੱਥੇ ਟਿਕਟ, ਅਤੇ ਇਹਨਾਂ ਦਾ ਜਿਹੜਾ ਐਗਰੀਮੈਂਟ ਆ ਉਹ ਵੀ ਕਹਿੰਦਾ 10 ਰੁਪਈਏ ਟਿਕਟ, ਅਤੇ 40 ਰੁਪਈਏ ਕਿਹਦੀ ਜੇਬ ਜਾਈ ਜਾਂਦੇ ਆ? ਦੱਸੋ ਜੀ, ਹੀਰੋ ਗਰੁੱਪ ਸਾਹਿਬ ਦੱਸੋ, ਔਰ ਦੱਸਣ ਕਮਿਸ਼ਨਰ ਸਾਹਿਬ। ਔਰ ਹੁਣ ਪਹਿਲਾਂ ਸ਼ੈਨੇ ਅਗਰਵਾਲ ਹੁੰਦੀ ਸੀ ਹੈ ਨਾ, ਅਤੇ ਹੁਣ ਮੇਰੇ ਖਿਆਲ ਉਹ ਕੋਈ ਰਿਸ਼ੀ ਸਾਹਿਬ ਆ ਗਏ। ਭਾਈ ਮੇਰੀ ਗੱਲ ਸੁਣੋ, ਜੇ ਅਫਸਰਾਂ ਨੇ ਕੰਮ ਨਹੀਂ ਨਾ ਕਰਨਾ ਤਾਂ ਅਸੀਂ ਤਾਂ ਲੋਕਾਂ ਦੀ ਕਚਹਿਰੀ 'ਚ ਕੱਢਾਂਗੇ ਜਲੂਸ ਤੁਹਾਡਾ। ਸਾਡੇ ਨਾਲ ਮੈਣੀ ਸਾਹਿਬ ਵੀ ਹੈ, ਖੈਰਾ ਸਾਹਿਬ ਵੀ ਹੈ, ਹੋਰ ਬੜੀ ਜਨਤਾ ਸਾਡੇ ਨਾਲ ਜੁੜ ਰਹੀ ਆ, ਜੁੜ ਵੀ ਗਈ ਆ। ਵਿਲ ਟੇਕ ਯੂ ਟੂ ਦੀ ਪਬਲਿਕ ਡੋਮੇਨ 'ਚ ਲੈ ਜਾਵਾਂਗੇ ਐਂਡ ਵਿਲ ਸਟ੍ਰਿਪ ਯੂ।
ਨਾਰੇ ਵੀ ਲੱਗਣਗੇ, ਸਾਰਾ ਕੁਛ ਹੋਊਗਾ। ਤੁਸੀਂ ਜੇ ਸੁਧਾਰ ਨਹੀਂ ਕਰਦੇ, ਆਪਦੀਆਂ ਆਦਤਾਂ ਹਰਕਤਾਂ ਤੋਂ ਬਾਜ਼ ਨਹੀਂ ਆਉਂਦੇ, ਮਾਇੰਡ ਯੂ ਆਹ ਵੇਖੋ, ਆ ਜਾਓ ਪੁੱਛਦੇ ਹਾਂ ਕਿੰਨੀ ਟਿਕਟ ਆ ਜੀ ਇਹਦੀ, ਹੈਂ ਇਸਕੀ 30 ਰੁਪਏ ਹੈ। ਉਹ ਜੋ ਕਿਸ਼ਤੀ ਉਹ ਚੱਲ ਰਿਹਾ ਉਸਕੀ ਕਿਤਨੀ ਹੈ? 50 ਰੁਪਏ। 100 ਰੁਪਏ 100 ਵਾਲਾ ਵੀ ਹੈ ਕੋਈ? ਕੌਣ ਸਾ ਹੈ 100 ਵਾਲਾ? ਹੈਂ ਉਹ ਉਧਰ ਉਹ 100 ਰੁਪਏ ਦਿੱਤੇ ਹੈ। ਤੋ ਆਪਕਾ ਕਿਆ ਠੇਕਾ ਹੈ ਯਹਾਂ ਪੇ? ਹਮਕੋ ਨਹੀਂ ਪਤਾ ਵੀਰੇ, ਮੈਂ ਕਾਲੀ ਨਹੀਂ। ਆਪਕਾ ਠੇਕਾ ਹੈ? ਹਾਂ ਤੋ ਕਾਲੀ ਆਇਆ ਹੂੰ। ਉਹ ਕਾਲੀ ਤੋ ਆਏ ਹੋ? ਮੈਂ ਤੋ ਨਵਾਂ ਆਇਆ, ਮੈਨੂੰ ਮਾਲੂਮ ਨਹੀਂ। ਜਾ ਠੀਕ ਹੈ। ਅੰਡਰੇਜ ਬੱਚੇ ਰੱਖੇ ਹੋਏ? ਹਾਂ ਆਪ ਇਹ ਤੂੰ ਤਾਂ ਬਈ ਛੋਟਾ ਹੈ, ਤੇਰੀ ਤਾਂ ਉਮਰ ਨਹੀਂ ਨੌਕਰੀ ਕਰਨ ਦੀ। ਕਾਮ ਕਰਨ ਕੇ ਆਇਆ ਤਾਂ ਕਾਮ ਕਰ ਰਹੇ ਨਾ? ਕਿਆ ਕਰਦਾ ਹੈ? ਮੈਂ ਤਾਂ ਝੂਲੇ ਚਲਾਤਾ ਹੂੰ ਕਭੀ ਕਭੀ ਆ ਜਾਤੇ, ਮੈਂ ਤਾਂ ਪੜ੍ਹਤਾ ਹੂੰ ਯਹੀ। ਹਾਂ ਗੁੱਡ ਗੁੱਡ, ਪੜ੍ਹੋ ਜ਼ਰੂਰ ਪੜ੍ਹੋ। ਕਿ ਕੌਨ ਸੀ ਕਕਸ਼ਾ ਮੈਂ ਹੋ? ਹਾਂਜੀ ਮੈਂ ਕੌਨ ਸੀ ਕਕਸ਼ਾ ਮੈਂ ਹੋ? 8ਵੇਂ। 8ਵੇਂ ਕਹਾਂ, ਕੌਨ ਸਾ ਦੇਸ਼ ਹੈ ਤੁਹਾਰਾ? ਗੋਂਡੇ ਕਾ। ਹਾਂ ਗੋਂਡਾ ਕਾ। ਸਟੇਟ ਬੋਲੋ, ਸੂਬਾ ਕੌਨ ਸਾ, ਪ੍ਰਾਂਤ? ਹਾਂ ਬਿਹਾਰ ਕਾ ਨਹੀਂ, ਗੋਂਡਾ ਕਾ। ਮੈਂ ਗੋਂਡੇ ਮੈਂ ਪੜ੍ਹਦਾ, ਅਭੀ ਕੋਈ ਬੰਦਾ ਨਹੀਂ ਤੋ ਮੈਂ ਬਿਹਾਰ ਬਿਹਾਰ ਸੂਬੇ ਕੇ ਪਾਸ ਮੈਂ ਪੜ੍ਹਦਾ ਹੈ। ਹਾਂ ਠੀਕ ਠੀਕ, ਅੱਛਾ ਠੀਕ ਹੈ। ਬਿਹਾਰੀ ਲੋਕ ਕੰਮ ਕਰ ਰਹੇ ਹੈ ਜੀ ਇੱਥੇ, ਜਿਹੜੇ ਭਈਏ ਉਹ ਜਿਹਨਾਂ ਨੂੰ ਕਹਿ ਦਿੰਦੇ ਆ, ਉਹ ਬਾਹਰੋਂ ਆ ਕੇ ਮਿਹਨਤਾਂ ਕਰਦੇ ਆ, ਕੰਮ ਕਰਦੇ ਆ, ਕਮਾਈਆਂ ਕਰਦੇ ਆ, ਵਧੀਆ ਗੱਲ ਆ, ਐਪਰੀਸ਼ੀਏਟ ਦੈਮ। ਸਾਡੇ ਬੰਦੇ ਇੱਥੇ ਕੰਮ ਨਹੀਂ ਕਰਦੇ, ਇਹ ਕਹਿੰਦੇ ਜਹਾਜ਼ ਫੜੋ ਕੈਨੇਡਾ ਚੱਲੋ, ਉੱਥੇ ਭਾਵੇਂ ਜਾ ਕੇ ਪੋਚੇ ਮਾਰੋ। ਹਾਂਜੀ ਕਿਉਂ ਨਹੀਂ ਖਰਾ ਸਾਹਿਬ? ਬਿਲਕੁਲ ਜੀ, ਪਰ ਇਹਨਾਂ ਨੂੰ ਕਿਹਨੇ ਆਥੋਰਾਈਜ਼ ਕੀਤਾ ਹੈਗਾ? ਆਥੋਰਾਈਜ਼ ਤਾਂ ਬੋਲ ਦੱਸਦੇ ਨਹੀਂ ਜੀ, ਦੱਸਦੇ ਮੈਂ ਉਹਨੂੰ ਪੁੱਛਿਆ ਕਰਨ ਨੂੰ, ਕਹਿੰਦਾ ਜੀ ਨਹੀਂ ਮੇਰੇ ਕੋਲ ਮਾਲੂਮ ਨਹੀਂ ਹੈ। ਮਤਲਬ ਹੈ ਸਾਰੇ ਇੱਥੇ ਭਈਏ ਰੱਖੇ ਜਾ ਸਾਰੇ? ਹਾਂਜੀ ਪਤਾ, ਇਹਨਾਂ ਨੂੰ ਕੱਖ ਹੈ ਨਹੀਂ। ਬਿਲਕੁਲ, ਜਿਹੜਾ ਬੰਦਾ ਕੋਈ ਕੰਮ ਚਲਾਉਂਦਾ ਹੁੰਦਾ ਉਹਨੂੰ ਪਤਾ ਹੁੰਦਾ ਕਿ ਸਾਨੂੰ ਕਿਹਨੇ ਆਥੋਰਾਈਜ਼ ਕੀਤਾ। ਹਵਾ 'ਚ ਤਾਂ ਅਕਸਰ ਨੂੰ ਇਹ ਪਬਲਿਕ ਪਾਰਕ ਹੈ। ਮੈਂ ਪੁੱਛਿਆ ਵੀ ਤਨਖਾਹ ਕੌਣ ਦਿੰਦਾ? ਮਿਲ ਜਾਂਦੀ ਇੱਥੋਂ ਵਾਲੇ ਦੇ ਦਿੰਦੇ, ਹਵਾ ਦੇ। ਜਿਹੜੀ ਇੱਥੇ ਦੀ ਕਮਾਈ ਕਿੱਥੇ ਜਾ ਰਹੀ ਆ ਉਹ ਵੀ ਨਹੀਂ ਪਤਾ। ਸੋ ਹੁਣ ਇਹ ਤਾਂ ਗੱਲ ਹੋ ਗਈ ਝੂਲਿਆਂ ਦੀ, ਅਤੇ ਫਿਰ ਐਨ ਜੀ ਟੀ 'ਚ ਵੀ ਮਾਮਲਾ ਚੱਲਦਾ ਅਤੇ ਵਿਵਾਦ ਸ਼ੁਰੂ ਹੋਇਆ। ਇੱਕ ਬੁੱਤ ਵਾਲੀ ਗੱਲ ਸੁਣਾਈ ਸੀ ਤੁਸੀਂ, ਉਹ ਵੀ ਕਰਨੀ ਆਪਾਂ ਜਾ ਕੇ। ਮੁੰਜਾਲ ਸਾਹਿਬ ਦਾ ਬੁੱਤ ਲੱਗਿਆ? ਹਾਂਜੀ ਬਿਲਕੁਲ ਜੀ, ਓ ਪੀ ਮੁੰਜਾਲ ਸਾਹਿਬ ਦਾ ਇਹਨਾਂ ਨੇ ਬੁੱਤ ਲਗਾਇਆ ਹੀਰੋ ਸਾਈਕਲ ਨੇ, ਜਿਹਦੇ ਵਿੱਚ ਕਿ ਇਹਨਾਂ ਨੇ ਫਾਦਰ ਸਾਹਿਬ ਦਾ ਬਹੁਤ ਵੱਡਾ ਬੁੱਤ ਲਗਾ ਤਾ। ਔਰ ਉਹ ਤੋਂ ਸਾਫ਼ ਪਤਾ ਲੱਗਦਾ, ਪਹਿਲੀ ਗੱਲ ਤਾਂ ਪਾਰਕਾਂ ਦੇ ਵਿੱਚ ਕੰਸਟਰਕਸ਼ਨ ਕਿਉਂ ਕੀਤੀ ਜਾ ਰਹੀ ਹੈ, ਇਹੀ ਦੱਸਣ ਨਾ ਕਿ ਪਾਰਕਾਂ ਦੀ ਬਿਉਂਤ ਕਿਉਂ ਖਰਾਬ ਕਰ ਰਹੇ? ਜਿੱਥੇ ਘਾਹ ਪੌਦੇ ਹੋਣੇ ਚਾਹੀਦੇ ਉੱਥੇ ਤੁਸੀਂ ਇੱਟਾਂ ਟਾਇਲਾਂ ਮਾਰਬਲ ਲਾ ਕੇ ਆਪਣੇ ਫਾਦਰ ਸਾਹਿਬ ਦਾ ਦਿਖਾ ਤਾ। ਚਲੋ ਠੀਕ ਆ ਜੀ, ਉਹਨਾਂ ਨੇ ਸਾਡੇ ਲੁਧਿਆਣੇ ਸ਼ਹਿਰ ਲਈ ਵਧੀਆ ਕੰਮ ਕੀਤਾ। ਤੁਸੀਂ ਪ੍ਰਾਈਮ ਲੋਕੇਸ਼ਨ ਕੋਈ ਹੋਰ ਖਰੀਦਦੇ ਲੁਧਿਆਣੇ ਦੇ ਵਿੱਚ, 1-2 ਕਿੱਲਿਆਂ ਖਰੀਦ ਲੈਂਦੇ ਮੇਨ ਸ਼ਹਿਰ 'ਚ, ਕਿਤੇ ਉਹਨਾਂ ਕੋਲ ਗੱਲ ਆ ਵੀ ਜੇ ਬੰਦਾ ਕੋਈ ਗਰੀਬ ਹੋਵੇ ਫਿਰ ਗੱਲ ਕਰੀ। ਬਿਲਕੁਲ, ਉਹ ਮੁੰਜਾਲ ਸਾਹਿਬ ਦੀ ਐਡੀ ਵੱਡੀ ਸ਼ਖਸੀਅਤ, ਗੁੱਡ ਮੈਨ, ਪੰਜਾਬ ਦਾ ਨਾਂ ਉੱਚਾ ਕੀਤਾ, ਇੰਨੀ ਇੰਡਸਟਰੀ ਲਾਈ, ਹੁਣ ਭਾਵੇਂ ਅਸੀਂ ਜਾ ਕੇ ਯੂਪੀ ਲੈ ਗਏ ਹੋਵੇ। ਬਿਲਕੁਲ, ਹੁਣ ਇੱਥੋਂ ਸ਼ਿਫਟ ਵੀ ਕਰ ਰਹੇ ਆ, ਪਤਾ ਨਹੀਂ ਕਿਹ ਤੋਂ ਡਰ ਰਹੇ ਆ, ਪਤਾ ਨਹੀਂ ਖਾਨੀ ਮਾਹੌਲ ਜਿਹਾ ਖਰਾਬ ਹੋ ਗਿਆ ਸੀ, ਵਿੱਚ ਅੰਮ੍ਰਿਤਪਾਲ ਜਿਹਾ ਤੁਰ ਪਿਆ ਸੀ, ਇੱਥੇ ਆਉਣਾ ਸ਼ੁਰੂ ਹੋ ਗਿਆ ਸੀ, ਉਹਦੇ ਕਰਕੇ ਕੋਈ ਫਿਰ ਆਪਣੇ ਜਿਹੜੇ ਸੰਤਕਾਰ ਆ ਭੱਜਣੇ ਸ਼ੁਰੂ ਹੋ ਗਏ ਪੰਜਾਬ ਤੋਂ। ਸੋ ਨੁਕਸਾਨ ਹੋਇਆ ਜੀ ਅੰਮ੍ਰਿਤਪਾਲ ਦੇ ਆਉਣ ਵਾਲਾ, ਵੇਖੋ ਭੱਜ ਗਿਆ ਮੁੰਜਾਲ, ਉਹਦਾ ਪਰਿਵਾਰ ਮਰ ਗਿਆ ਇੱਥੋਂ। ਚਲੋ ਜਿੰਨਾ ਕੁ ਵੀ ਇਹਨਾਂ ਦਾ ਜੁਗਾੜ ਇੱਥੇ ਹੈਗਾ, ਸਾਡਾ ਮਕਸਦ ਤਾਂ ਜੇ ਇਸ ਖਬਰ ਦਾ ਇਹ ਹੈ ਕਿ ਅ ਪਾਰਕ ਰੱਖ ਬਾਗ, ਇਹਦਾ ਕੋਈ ਮਤਲਬ ਨਹੀਂ ਓ ਪੀ ਮੁੰਜਾਲ ਰੱਖ ਬਾਗ ਰੱਖਣ ਦਾ ਨਾਮ। ਤੁਸੀਂ ਬਾਪੂ ਦੀ ਯਾਦ 'ਚ ਬਣਾਉਣਾ ਕੁਛ ਆਪਦਾ ਬਣਾਓ, ਲੈ ਕੇ ਉਹਦੇ ਜਵਾਕਾਂ ਨੂੰ ਮੈਂ ਸ਼ਰੇਆਮ ਕਹਿੰਦਾ ਬਈ ਕਾਕਾ ਬੱਲੀ ਯਾਦ ਰੱਖੋ ਬਾਪੂ ਨੂੰ, ਮੈਂ ਵੀ ਯਾਦ ਰੱਖਦਾ, ਬਰਸੀ ਕਰਦਾ, ਤੁਸੀਂ ਵੀ ਰੱਖੋ, ਪਰ ਆਪਣੀ ਜੇਬ 'ਚੋਂ ਸਰਕਾਰ ਦੇ ਬੱਲੇ ਨਹੀਂ। ਐਮ ਆਰ ਆਈ 'ਚ ਇਸ ਨੂੰ ਰੱਖ ਬਾਗ ਨੂੰ ਕਮਾਈ ਦਾ ਸਾਧਨ ਨਾ ਬਣਾਇਆ ਜਾਵੇ, ਜੇ ਮੈਂਟੇਨੈਂਸ ਵਾਸਤੇ ਕਿਸੇ ਕੰਪਨੀ ਨੂੰ ਮਿਲਿਆ ਸਾਨੂੰ ਕੋਈ ਇਤਰਾਜ਼ ਨਹੀਂ,
ਪਰ ਮੈਂਟੇਨੈਂਸ ਕੀਤੀ ਜਾਵੇ, ਇਹਨੂੰ ਕਮਾਈ ਦਾ ਸਾਧਨ ਨਾ ਬਣਾਇਆ ਜਾਵੇ। ਜਿਹੜਾ ਕਿ ਕਮਾਈ ਦਾ ਸਾਧਨ ਬਣਾਇਆ ਜਾ ਰਿਹਾ, ਇਹ ਪੈਸਾ ਕਿੱਥੇ ਜਾ ਰਿਹਾ? ਸਭ ਤੋਂ ਵੱਡਾ ਸਵਾਲ ਲੁਧਿਆਣਾ ਵਾਸੀ ਸ਼ੇਅਰ ਕਰ ਲੈਂਦੇ ਹੋਣੇ, ਮਨ ਮੁੰਡ ਦੇ ਅਫਸਰਾਂ ਨਾਲ ਵੀ ਸ਼ੇਅਰ ਹੁੰਦਾ ਹੋਣਾ ਜੀ, ਹਿੱਸੇ ਪੈਂਦੇ ਹੁੰਦੇ ਨੇ ਜਿਹੜੀ ਇਦਾਂ ਦੀ ਕਮਾਈ। ਰਿਕੁਐਸਟ ਹੈ ਕਿ ਜਿਹੜਾ ਰੱਖ ਵਾਗ ਹੈ ਰੌਣਕਾਂ ਲੱਗੀ ਰਹਿਣੀ ਚਾਹੀਦੀ ਹੈ, ਲੱਗੀ ਰਹੇ ਪੈਸਾ ਜਿੱਥੇ ਜਾ ਰਿਹਾ। ਪੈਸਾ ਤਾਂ ਚਲੋ ਪਰਮਾਤਮਾ ਦੇ ਘਰ 'ਚ ਹੀ ਜਾਣਾ, ਕਿਸੇ ਦਾ ਮਾਲਕ ਕੋਈ ਨਹੀਂ ਹੈਗਾ, ਮਾਲਕ ਪਰਮਾਤਮਾ ਹੀ ਹੈ। ਉਹ ਤਾਂ ਜਦੋਂ ਆਪਾਂ ਸਾਰਿਆਂ ਨੇ ਮਰ ਜਾਣਾ ਉੱਥੇ ਚਲੇ ਜਾਣਾ, ਹਾਂਜੀ ਪਰਮਾਤਮਾ ਦੇ ਕੋਲ ਜਾਣਾ, ਚਿੰਤਾ ਕਰਨ ਦੀ ਲੋੜ ਹੀ ਨਹੀਂ ਸਾਨੂੰ। ਹਾਂਜੀ ਹਾਂਜੀ, ਬਾਕੀ ਇਹ ਰੌਣਕਾਂ ਜਿਹੜੀ ਲੱਗੀ ਹੈ ਨਾ, ਇਹ ਲੱਗੀ ਰਹਿਣੀ। ਨਹੀਂ ਤੁਸੀਂ ਕੀ ਕਹਿੰਦੇ ਹੋ ਬਈ, ਸਮਝ ਨਹੀਂ ਰੌਣਕਾਂ, ਇਹ ਪ੍ਰਾਈਵੇਟ ਜਿਹੜੇ ਅਦਾਰੇ ਹੈ ਉਹ ਇਹ 'ਚ ਮੁਨਾਫਾ ਕਮਾ ਕੇ ਲੈ ਜਾਣ ਕਿ ਜਦੋਂ ਇਹ ਮੁਫਤ? ਉਹ ਤਾਂ ਗਲਤੀ ਹੈ, ਬਾਕੀ ਮੈਂ ਕਿ ਬੱਚਿਆਂ ਦੀ ਰੌਣਕਾਂ ਉਹ ਤਾਂ ਆਉਣੇ ਚਾਹੀਦੇ, ਉਹ ਤਾਂ ਆਉਣੇ ਚਾਹੀਦੇ, ਬੱਚਿਆਂ ਨੂੰ ਖੁਸ਼ੀ ਹੈ। ਸਾਡਾ ਮੇਨ ਐਨ ਜੀ ਟੀ 'ਚ ਕੇਸ ਲਗਾਉਣ ਦਾ ਮੋਟਿਵ ਇਹ ਨਹੀਂ ਸੀ ਕਿ ਇੱਥੋਂ ਝੂਲੇ ਹਟਾਏ ਜਾਣ, ਸਾਡਾ ਮੋਟਿਵ ਇਹ ਕਿ ਜਿਹੜੇ ਐਗਰੀਮੈਂਟ ਹੋਇਆ 10 ਰੁਪਏ ਦਾ ਤੁਸੀਂ ਝੂਲਾ ਦੇਣਾ ਬੱਚਿਆਂ ਨੂੰ, ਤੁਸੀਂ ਉਹ ਤਾਂ ਘੱਟੋ ਘੱਟ ਦਿਓ। ਅਗਰ ਇੱਕ ਫੈਮਿਲੀ ਆ, ਭਾਈ ਸਾਹਿਬ ਨੇ ਬਿਲਕੁਲ ਸਹੀ ਗੱਲ ਕਹੀ, ਅਗਰ ਆਪਣੇ 2 ਬੱਚੇ ਲੈ ਕੇ ਤਾਂ ਆਉਂਦੇ ਆ, ਇਹ 500 ਰੁਪਏ ਖਰਚ ਕੇ ਜਾਣਗੇ, ਅਗਰ ਇਹਨਾਂ ਦਾ 100 ਰੁਪਏ ਲੱਗੇ ਤਾਂ 400 ਬਚੇਗੇ, ਇਹਨਾਂ ਨੂੰ ਖੁਸ਼ੀ ਨਹੀਂ ਹੋਏਗੀ? ਉਹ 400 ਰੁਪਏ ਆਪਾਂ ਕੋਈ ਹੋਰ ਵੀ ਚੀਜ਼ ਕਰ ਸਕਦੇ ਆਪਣੇ ਪਰਿਵਾਰ ਲਈ। ਇੱਥੇ ਕਈ ਲੋਕ ਇੱਦਾਂ ਦੇ ਆ ਵਿਚਾਰੇ ਜਿਹੜੇ ਆਉਂਦੇ ਆ, ਉਹ ਆਪਣੇ ਝੂਲੇ ਨਹੀਂ ਵੀ ਬੱਚਿਆਂ ਨੂੰ ਦਵਾ ਪਾ ਕੇ ਖਾਲੀ ਹੱਥ ਜਾ ਰਹੇ ਹੋਣੇ, ਅਗਰ ਉਹ ਜੇ 'ਚ 200 ਰੁਪਏ ਬੰਦਾ ਪਾ ਕੇ ਆਏਗਾ, 2 ਝੂਲੇ ਦਵਾ ਕੇ ਵਾਪਸ ਚੱਲ ਜਾਏਗਾ, ਉਹ 5 ਮਿੰਟ ਦੇ ਬੋਟਿੰਗ ਦੇ ਤੁਸੀਂ ਆਪ ਦੇਖੋ 50-50 ਰੁਪਏ ਵਸੂਲ ਰਹੇ ਨੇ 5 ਮਿੰਟ ਦੇ। ਔਰ ਇਹ ਝੂਲੇ, ਔਰ ਇੱਕ ਸਭ ਤੋਂ ਵੱਡੀ ਗੱਲ ਹੋਰ ਹੈ ਝੂਲਿਆਂ ਦੇ ਵਿੱਚ, ਅੱਜ ਮੈਂ ਦੱਸਣਾ ਚਾਹੁੰਦਾ, ਇਹ ਝੂਲਿਆਂ ਦੇ ਵਿੱਚ ਕੋਈ ਵੀ PWD ਤੋਂ ਆਈ ਥਿੰਕ ਇਹਨਾਂ ਨੇ ਪਰਮਿਸ਼ਨ ਨਹੀਂ ਲਿੱਤੀ ਹੋਣੀ, ਔਰ ਬਕਾਇਦਾ ਹਰੇਕ ਝੂਲੇ 'ਚ ਕਰੰਟ ਚੱਲ ਰਿਹਾ, ਸੇਫਟੀ ਔਰ ਮਤਲਬ ਸੇਫਟੀ ਪਰਪਸ ਇੱਥੇ ਹੋਣੇ ਹੀ ਨਹੀਂ ਇਹਨਾਂ ਕੋਲ। ਉਹ PWD ਤੋਂ ਡੇਲੀ ਬੇਸਿਸ 'ਤੇ ਇਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਹੈ, ਡੇਲੀ ਉਹਨਾਂ ਦੀ ਟੀਮ ਆ ਕੇ ਚੈੱਕ ਕਰਨ ਦੀ। ਅੱਜ ਮੈਂ ਪੁੱਛ ਲੈਂਦਾ ਇਹਨਾਂ ਦੀ ਅਧਿਕਾਰੀਆਂ ਨੂੰ, ਮਾਣਯੋਗ ਕਮਿਸ਼ਨਰ ਸਾਹਿਬ ਨੂੰ ਵੀ ਬੇਨਤੀ ਕਰਨਾ ਚਾਹੁੰਦਾ ਕਿ ਇਹਨਾਂ ਨੂੰ ਪੁੱਛਿਆ ਜਾਵੇ ਕਿ ਜਿਹੜੇ ਝੂਲੇ ਚੱਲ ਰਹੇ ਇਲੈਕਟ੍ਰਿਕ, ਇਹਨਾਂ ਦੀ PWD ਤੋਂ ਪਰਮਿਸ਼ਨ ਲਿੱਤੀ ਹੈ ਇਹਨਾਂ ਨੇ? ਔਰ ਲੁਧਿਆਣੇ ਸ਼ਹਿਰ 'ਚ 50 ਜਗ੍ਹਾ ਝੂਲੇ ਲੱਗਦੇ ਨੇ ਡੇਲੀ ਬੇਸ। ਆਹ ਤੁਹਾਨੂੰ ਦਿਖਾਉਂਦੇ ਪਾਰਕ, ਵੇਖੋ ਛੋਟਾ ਜਿਹਾ ਤਲਾਬ ਬਣਾਇਆ, ਦਰਸ਼ਕਾਂ ਨੂੰ ਖਾਉਂਦੇ ਆ, ਉੱਥੇ ਚੱਲਦੀਆਂ ਛੋਟੀਆਂ ਕਿਸ਼ਤੀਆਂ ਬੱਚਿਆਂ ਦੀਆਂ। ਵੇਖੋ ਵੀਡੀਓ ਡੇਟਾ ਨੂੰ, ਕੈਮਰਾਮੈਨ ਨੂੰ ਬੇਨਤੀ ਕਰੂੰਗਾ ਕਾਇੰਡਲੀ ਸ਼ੋ ਉਹ ਬੱਚੇ, ਦੇਖੋ ਜੀ ਬੜਾ ਇੰਜੋਏ ਕਰ ਰਹੇ ਆ, ਮਤਲਬ ਕਿ। ਪਰ ਗੱਲ ਹੈ ਜੀ, ਸਸਤਾ ਹੋਣਾ ਚਾਹੀਦਾ, ਜਦੋਂ 10 ਰੁਪਏ ਦਾ ਐਗਰੀਮੈਂਟ ਹੋਇਆ ਹਰ ਝੂਲੇ ਦਾ, ਅਤੇ 50-100 ਦਿਨ ਦਾ ਮਤਲਬ ਹੀ ਕੋਈ ਨਹੀਂ। ਆਹ ਵੇਖੋ, ਅੱਛਾ ਲੱਗਦਾ, ਜ਼ਿੰਦਗੀ ਯਾਦ ਆਉਂਦੀ ਹੈ, ਬੱਚੇ ਖੇਡ ਰਹੇ ਆ, ਲਾਈਫ ਲਾਈਫ। ਅਤੇ ਹੁਣ ਜਦੋਂ ਪੈਸੇ ਕੱਢਣੇ ਜੇਬ 'ਚੋਂ, ਪਿਓ ਨੇ ਅਤੇ ਮਾਂ ਨੇ ਕਹਿੰਦੇ ਦੇ ਦਿਓ 100 ਰੁਪਈਆ, ਦੇ ਦਿਓ 100 ਰੁਪਈਆ, 100-100 ਰੁਪਏ ਦੇ ਰਹੇ ਹੋ ਜੀ ਆਪ? ਕਿਚਨ ਵੀ ਚਲਾਣਾ, ਘਰ ਵੀ ਚਲਾਣਾ। ਔਰ ਆਪਕੇ 2 ਬੱਚੇ ਹੈ? 2 ਬੱਚੇ ਹੈ ਜੀ। 50-50 ਦੋਨੋਂ ਕੋਲ ਝੂਟੇ ਲਾਓਗੇ 100 ਹੋ ਗਿਆ, 100 ਹੋ ਗਿਆ ਜੀ। ਹਰ ਝੂਲਾ ਦੇਖੋ ਬੱਚੇ ਨੇ ਲੈਣਾ ਹੈ, ਫਿਰ ਬੱਚਾ ਇਹ ਵੀ ਕਹੇਗਾ ਪਾਪਾ ਵੀ ਪੇਟ ਨਹੀਂ ਭਰਾ ਆਰਡਰ ਦੇ ਰਿਹਾ। ਚਲੀਏ, ਸੋ ਤੁਸੀਂ ਵੇਖਿਆ ਲੋਕਾਂ ਦਾ ਸੈਂਟੀਮੈਂਟ ਆ, ਝੂਲੇ ਹੋਣੇ ਚਾਹੀਦੇ ਆ, ਅਮਿਊਜ਼ਮੈਂਟ ਲਈ ਚੀਜ਼ਾਂ ਹੋਣੀਆਂ ਚਾਹੀਦੀਆਂ, ਬਟ ਨੋਟ ਐਟ ਦਿਸ ਕੋਸਟ। ਸਸਤੀਆਂ ਹੋਣੀਆਂ ਚਾਹੀਦੀਆਂ, ਜੋ ਐਗਰੀਮੈਂਟ ਦੇ ਮੁਤਾਬਕ 10 ਰੁਪਏ ਰੱਖੇ 10 ਰੁਪਏ ਦਾ ਦਿਓ, ਅਤੇ ਬਾਕੀ ਤੁਸੀਂ ਫਾਲਤੂ ਉੱਪਰੋਂ ਗਿਆ ਉਗਰਾਹੀ ਕਰੀ ਜਾਂਦੇ ਹੋ ਯਾਰ, ਸਮਝ ਨਹੀਂ ਆਉਂਦੀ ਮੈਨੂੰ। ਚਲੋ ਅੱਗੇ ਚੱਲਦੇ ਹਾਂ, ਹੋਰ ਕੁਛ ਦਿਖਾਉਂਦੇ ਹਾਂ ਤੁਹਾਨੂੰ, ਆਓ। ਸੋ ਆਪ ਦੇਖੋ ਤੁਸੀਂ, ਇਹ ਸੀਗਾ ਕੈਫਟੇਰੀਆ ਜਿਹੜਾ ਕਿ ਕੱਲ੍ਹ ਤੋਂ ਬੰਦ ਹੋ ਗਿਆ। ਕਿਹਨੇ ਬੰਦ ਕੀਤਾ? NGT ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਆਦੇਸ਼ਾਂ ਤੋਂ ਬਾਅਦ ਇਹ ਬੰਦ ਹੋਇਆ, ਕਿਉਂਕਿ ਉੱਥੇ ਮੈਣੀ ਸਾਹਿਬ, ਖਹਿਰਾ ਸਾਹਿਬ ਅਤੇ ਇਹਨਾਂ ਦਾ ਜਿਹੜਾ ਪੀਪਲਜ਼ ਐਕਸ਼ਨ ਗਰੁੱਪ ਆ ਜਾਂ ਕਮੇਟੀ ਆ, PAC, ਐਮਰਾਈਟ ਪਬਲਿਕ ਐਕਸ਼ਨ ਕਮੇਟੀ, ਉਹਨਾਂ ਨੇ ਉੱਥੇ ਕੇਸ ਪਾਇਆ, ਦਾਅਵਾ ਪਾਇਆ। ਆਹ ਵੇਖੋ, ਜਿਹਨੇ ਛਤਰੀਆਂ ਛੁਤਰੀਆਂ ਲਾਈਆਂ ਸਭ ਖਾਲੀ ਹੋ ਗਈਆਂ, ਇਹਦੇ ਥੱਲੇ ਠੰਡੇ ਪੱਤੇ
ਕਿਉਂ ਆਪਾਂ ਪੰਜਾਬੀ 'ਚ ਕਹਿੰਦੇ ਨਾ ਦੇਸੀ ਨੇ, ਇੱਥੇ ਬੱਤੇ ਪਿਆਉਂਦੇ ਸੀ ਇਹ ਬੱਤੇ, ਅਤੇ ਬੱਤੇ ਬੁੱਤੇ ਸਭ ਚੁਕਾ ਦਿੱਤੇ ਇਹਨਾਂ ਨੇ ਜੀ। ਆਹ ਉਦਘਾਟਨ ਕਿਹਨੇ ਕੀਤਾ? ਇਹ ਕਹਿੰਦੇ ਆ ਜੀ ਉਦਘਾਟਨ ਕੀਤਾ ਸਰਦਾਰ ਹੀਰਾ ਸਿੰਘ ਗਾਬੜੀਆਂ। ਇਹ ਮੈਨੂੰ ਲੱਗਦਾ ਵੀ ਅਕਾਲੀ ਮੰਤਰੀ ਹੁੰਦਾ ਸੀ ਹੈ ਨਾ ਜੀ। ਹਾਂ, ਇਹ ਗਾਬੜੀਆਂ ਛਾਬੜੀਆਂ ਸਾਰੇ ਇੱਥੇ ਗਲਤ ਕੰਮ ਕਰੀ ਗਏ। ਦੱਸੋ ਵੀ ਤੂੰ ਭਾਈ ਆਪਣਾ ਰੱਖਵਾਗ 'ਚ ਕਮਰਸ਼ਲ ਐਕਟੀਵਿਟੀ ਭਾਈ ਮੰਤਰੀ ਜੀ ਕਿਵੇਂ ਇਨਾਗੂਨੇਟ ਕਰ ਗਏ ਤੁਸੀਂ? ਗਾਬੜੀ ਸਾਹਿਬ ਹੁੰਦਾ ਕਿੱਥੇ ਹੁੰਦੇ ਜੀ? ਇਹ ਗਾਬੜੀ ਸਾਹਿਬ ਹੁੰਦੇ ਕਿੱਥੇ ਆ ਹੁਣ? ਘਰੇ ਹੁੰਦੇ, ਹਾਰ ਹੁਰ ਗਏ, ਘਰੇ ਭੇਜਤੇ ਲੋਕਾਂ ਨੇ, ਲੋਕਾਂ ਨੇ ਭੇਜਤੇ ਕੰਮ ਪੁੱਠੇ ਕਰੋਗੇ ਗਾਬੜੀਆਂ ਸਾਹਿਬ, ਅਤੇ ਤੁਹਾਡਾ ਫਿਰ ਲੋਕ ਬਣਾਉਣਗੇ ਛਾਬੜੀਆਂ ਬਣਾ ਤਾ ਫਿਰ ਨਹੀਂ ਬਣਾਇਆ? ਹਾਸਾ ਵੀ ਉਹਨਾਂ ਗੱਲ ਕਰਦੇ ਕਰਦੇ, ਗੁੱਸਾ ਨਾ ਕਰਿਓ, ਪਰ ਇਹ ਜੋ ਕਰਤੂਤ ਇਹਨਾਂ ਨੇ ਕੀਤੀ ਉਹ ਲੋਕਾਂ ਨੇ ਇਹਨਾਂ ਨੂੰ ਫਿਰ ਇਨਾਮ ਦੇ ਦਿੱਤਾ ਜੀ। ਆਓ ਚੱਲੀਏ ਅੱਗੇ, ਅਸੀਂ ਹੁਣ ਆ ਗਏ ਹਾਂ ਜੀ ਇਸ ਟਿਕਾਣੇ 'ਤੇ ਜਿੱਥੇ ਸਾਈਕਲ ਮਿਲਦੇ ਕਿਰਾਏ 'ਤੇ। ਮੁੰਜਾਲ ਸਾਹਿਬ ਦੀ ਫੋਟੋ ਆ, ਕਿਉਂਕਿ ਹੀਰੋ ਸਾਈਕਲਸ ਨੇ ਇੱਥੇ ਸਾਈਕਲਿੰਗ ਪ੍ਰਮੋਟ ਕਰਨ ਵਾਸਤੇ ਇਹ ਅੱਡਾ ਖੋਲ੍ਹਿਆ, ਅਤੇ ਵੱਡੇ ਸਾਈਕਲ ਵੀ ਆ, ਛੋਟੇ ਸਾਈਕਲ ਵੀ ਆ, ਅਤੇ ਉਹ ਭਾਈ ਸਾਹਿਬ ਬੈਠੇ ਸਾਈਕਲ ਅਲੋਟ ਕਰਦੇ ਆ, ਉਹਨਾਂ ਨਾਲ ਗੱਲਬਾਤ ਕਰਦੇ। ਨਮਸਕਾਰ ਜੀ ਭਾਈ ਸਾਹਿਬ, ਕਿੰਨੇ ਕੁ ਸਾਈਕਲ ਆ ਤੁਹਾਡੇ ਕੋਲ, ਛੋਟੇ ਵੱਡੇ? 70-80 ਸਾਈਕਲ ਹੈਗੇ ਜੀ। ਨਹੀਂ, ਛੋਟੇ ਕਿੰਨੇ ਆ ਅਤੇ ਵੱਡੇ ਕਿੰਨੇ ਆ? 25 ਸਾਈਕਲ ਆਹ ਛੋਟੇ ਹੈਗੇ ਜੀ, ਆਹ ਬਾਕੀ। ਕਿੰਨੇ ਕੁ ਬੰਦੇ ਫਿਰ ਸਾਈਕਲਿੰਗ ਕਰਦੇ ਹਰ ਰੋਜ਼? ਕਿੰਨੇ ਕੁ ਤੁਹਾਡੀਆਂ ਟਿਕਟਾਂ ਵਿਕਦੀਆਂ ਕਿੰਨੀਆਂ ਕੁ? ਉਹੀ ਵੀ ਜੇ 30-40 ਜੀ। ਉਹ ਸਾਈਕਲਿੰਗ ਕਰਨ ਦਾ ਸਿਹਤ ਬਣਦੀ, ਅੱਛੀ ਗੱਲ ਆ, ਹੈ ਨਾ? ਅਤੇ ਪਰ ਤੁਸੀਂ ਪੈਸੇ ਕਿੰਨੇ ਲੈ ਲੈਂਦੇ ਹੋ? ₹30 ਫੋਰ ਹਾਊ ਮਚ ਟਾਈਮ? 45-50 ਮਿੰਟ। ਹਾਂ, 40-45-50 ਮਿੰਟ ਤੱਕ ਮੈਂ 30 ਰੁਪਈਏ ਲੈਣੇ ਤੁਸੀਂ, ਠੀਕ ਆ। ਅਤੇ ਫਿਰ ਤੁਸੀਂ ਇਹ ਹੁਣ ਕਿ ਕੰਪਨੀ ਦਾ ਹੀਰੋ ਸਾਈਕਲ ਤੋਂ ਲੈਂਦਾ ਕਿ ਤੁਹਾਡੇ ਬਾਜ਼ਾਰ ਤੋਂ ਠੇਕਾ ਠੋਕਾ ਲਿਆ? ਹਾਂਜੀ, ਹਾਂ ਇਹ ਨਹੀਂ ਜੀ ਪਤਾ ਹੈਗਾ, ਅਸੀਂ ਤਾਂ ਪਿੱਛੇ ਸੈਲਰੀ ਲੈਣੀ ਵਾਸਤੇ ਜੀ। ਤੁਸੀਂ ਸੈਲਰੀ ਲੈਂਦੇ ਹੋ ਨਾ, ਸੈਲਰੀ ਕੋਈ ਬੰਦਾ ਹੀ ਦਿੰਦਾ ਹੋਊਗਾ। ਹਾਂਜੀ ਕੌਣ ਦਿੰਦਾ? ਸਾਡੇ ਪਿੱਛੇ ਸਾਸ ਅਰਜੀ ਹੈਗੇ ਸਾਡੇ ਜੀ। ਸੋ ਇਹਨਾਂ ਦਾ ਸਰ ਜੀ ਇਹਨਾਂ ਨੂੰ ਦੇ ਦਿੰਦੇ ਜੀ ਤਨਖਾਹ, ਇਹਨਾਂ ਨੂੰ ਪਤਾ ਨਹੀਂ ਹੈ ਕਿੱਥੋਂ ਆਉਂਦੀ ਆ, ਅਤੇ ਉਹ ਬੰਦਾ ਵੀ ਸਾਨੂੰ ਟੱਕਰਿਆ ਹੈ ਨਹੀਂ ਵੀ ਕਿੱਥੇ ਫਿਰਦਾ, ਜਿਹਦੇ ਕੋਲ ਇਹਦਾ ਮਤਲਬ ਠੇਕਾ ਹੋਊਗਾ ਨਾ ਜੀ, ਠੇਕਾ ਹੀ ਹੋਊਗਾ, ਠੇਕਾ ਹੋਊਗਾ। ਹਾਂ, ਉਹ ਇਹਨਾਂ ਨੂੰ ਫਿਰ ਗਿਆਨ ਨਹੀਂ, ਗੁਪਤ ਚੁਪਤ ਜਿਹੇ ਕੰਮ ਹੈ ਇਹ, ਮਤਲਬ ਕਿ ਬੰਦਿਆਂ ਨੂੰ ਮਾਲਕਾਂ ਨੂੰ ਪਤਾ ਹੀ ਨਹੀਂ ਗਾ ਜਿਹੜੇ ਕਰਿੰਦੇ ਆ ਕਿ ਇੰਪਲੋਈਜ਼ ਆ ਕਿ ਅਸੀਂ ਮੁਲਾਜ਼ਮ ਕਿਹਦੇ ਹਾਂ। ਮੁਲਾਜ਼ਮ ਤਾਂ ਫਿਰ ਜਿਹਦਾ ਬੋਰਡ ਲੱਗਿਆ ਉਹਦਾ ਹੀ ਆ, ਤੁਹਾਨੂੰ ਪਤਾ ਹੀ ਆ ਹਾਂਜੀ। ਅਤੇ ਉਹਨੇ ਗਾਂਹ ਫਿਰ ਸਬਲੈਟ ਕੀਤਾ ਕੰਮ ਸਾਰਾ, ਮਤਲਬ ਕਿ ਪਹਿਲਾਂ ਆਪ ਕਾਰਪੋਰੇਟ ਸੋਸ਼ਲ ਰਿਸਪੋਂਸੀਬਿਲਟੀ ਦੇ ਨਾਂ 'ਤੇ ਆਪਣਾ ਤੁਸੀਂ ਜ਼ਿੰਮੇਵਾਰੀ ਲੈ ਲਈ, ਜ਼ਿੰਮੇਵਾਰੀ ਲੈ ਕੇ ਫਿਰ ਗਾਂਹ ਤੁਸੀਂ ਠੇਕੇ ਦੇ ਦਿਓ, ਅਤੇ ਜਿੰਨਾ ਕੁ ਤੁਸੀਂ ਖਰਚਾ ਵੈਸੇ ਸਰਕਾਰੀ ਤੌਰ 'ਤੇ ਕਾਨੂੰਨ ਦੇ ਮੁਤਾਬਕ ਕਰਨਾ ਆਪਣੇ ਪ੍ਰੋਫਿਟ 'ਚੋਂ ਕੱਢ ਕੇ, ਉਹ ਫਿਰ ਤੁਸੀਂ ਕਰੋ ਨਾ ਜੀ, ਉਹ ਫਿਰ ਤੁਸੀਂ ਇੱਥੋਂ ਹੀ ਇਕੱਠਾ ਇਕੱਠਾ ਕਰ ਲਓ, ਕਿਤੇ ਤਾਂ ਉੱਥੇ ਖੋਲ੍ਹਦੇ ਦੁਕਾਨ ਪੰਛੀਆਂ ਵਾਲੀ ਹੈ ਜੀ, ਵੀ ਅਸੀਂ ਇੱਥੇ ਡੋਨੇਸ਼ਨ ਲੈਣੀ ਆ ਅਤੇ ਲੋਕ ਪੰਛੀਆਂ ਨੂੰ ਚਾਰਾ ਪਾਉਣਾ, ਕਿਤੇ ਤੁਸੀਂ ਖੋਲ੍ਹ ਦਿਓ ਝੂਲੇ ਲਾ ਦਿਓ, ਜਿੱਥੇ ਤੁਸੀਂ ਕਹਿੰਦੇ ਵੀ 10 ਰੁਪਈਏ ਲਵਾਂਗੇ, ਫਿਰ 50-100 ਰੁਪਈਏ ਲਈ ਚੱਲੋ ਹੈ ਜੀ। ਅਤੇ ਫਿਰ ਜਿਹੜੇ ਬਾਗ ਬੂਟੇ ਆ ਵੇਖੋ, ਅਤੇ ਘਾਹ ਆ ਕਿਹੜਾ ਪਲਾਂਟ ਹੈ ਜੀ ਇਹ? ਇਹ ਦੱਸਣ ਖੇਰ ਮੈਨੂੰ, ਜਿਹੜੇ ਮੈਂਟੇਨੈਂਸ ਵਾਲੇ ਆ ਹੀਰੋ ਗਰੁੱਪ ਵਾਲੇ, ਆ ਕਿਹੜੇ ਫੁੱਲ ਆ ਜੀ ਇਹ ਫੁੱਲ ਕਿਹੜੇ ਆ? ਕਿਤੇ ਭੰਗ ਭੁੰਗ ਤਾਂ ਨਹੀਂ ਕਿਤੇ? ਇਹ ਕੀ ਚੀਜ਼ ਆ? ਇਹ ਕੋਈ ਪਲਾਂਟਸ ਹੈ, ਕੋਈ ਫੁੱਲ ਆ ਇਹ? ਅਤੇ ਵੇਅਰ ਇਜ਼ ਦੀ ਮੈਂਟੇਨੈਂਸ, ਵੇਅਰ ਇਜ਼ ਦੀ ਮੈਂਟੇਨੈਂਸ? ਆਹ ਹੋਰ ਖਾਉਂਦੇ, ਆ ਜਾਓ ਲਾ, ਆਹ ਖੈਰਾ ਸਾਹਿਬ ਹੋਰ ਦੱਸੀ ਜਾਂਦੇ ਆ। ਆਹ ਵੀ ਇੱਕ ਇੱਥੇ ਲਾਇਆ ਸੀ ਇਹਨਾਂ ਨੇ ਆਪਣਾ ਬਾਬਿਆਂ ਦਾ, ਜਿਹਨੂੰ ਕਹਿੰਦੇ ਬਜ਼ੁਰਗਾਂ ਦਾ, ਮੁੰਜਾਲ ਸਾਹਿਬ ਦਾ ਬੁੱਤ, ਓ ਪੀ ਮੁੰਜਾਲ ਸਾਹਿਬ, ਬਹੁਤ ਵੱਡੇ ਸਨਅਤਕਾਰ,
ਪੰਜਾਬ ਦੀ ਤਰੱਕੀ ਲਈ ਬੜਾ ਕੰਮ ਕੀਤਾ, ਬੜੀਆਂ ਫੈਕਟਰੀਆਂ ਲਾਈਆਂ, ਮੋਟਰਸਾਈਕਲ ਵੀ ਬਣਾਉਂਦੇ ਆ, ਸਕੂਟਰ ਵੀ ਬਣਾਉਂਦੇ ਆ, ਅਤੇ ਫਿਰ ਕਹਿੰਦੇ ਜੀ ਹੁਣ ਕਹਿੰਦੇ ਆਪਣਾ ਸਾਰਾ ਇਹ ਸਨਅਤ ਜਿਹੜੀ ਚੱਕ ਕੇ ਯੂਪੀ 'ਚ ਲਿਜਾ ਰਹੇ ਆ। ਉਹ ਤੁਹਾਨੂੰ ਪਤਾ ਜਿਵੇਂ ਮਾਹੌਲ ਜਿਹਾ ਖਰਾਬ ਹੋ ਗਿਆ ਸੀ ਪਿੱਛੇ ਜੇ, ਅਤੇ ਉਹ ਬੰਦੇ ਭਗਵੰਤ ਮਾਨ ਨੇ ਫੜ ਫੜ ਕੇ ਦਿਬਰੂ ਵੜ ਪਏ ਜੇ, ਉਹ ਲੋਕ ਨੇ ਜਿਹੜੇ ਸੰਦਗਾਰ ਡਰ ਗਏ, ਉਹ ਡਰੇ ਹੁਣ ਤੁਹਾਡੇ ਸਾਹਮਣੇ ਆ। ਆਹ ਜਿਹੜੇ ਬੁੱਤ ਸੀਗਾ, ਖੈਰ ਐਂ ਜਿਹੜਾ ਬੁੱਤ ਲਾਇਆ ਸੀ ਜੀ, ਇਹ ਹੁਣ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦੇ ਆਦੇਸ਼ਾਂ ਤੋਂ ਬਾਅਦ ਉਤਾਰਤਾ ਗਿਆ, ਬਹੁਤ ਮੁਸ਼ਕਿਲ ਉਤਾਰਿਆ ਮੈਣੀ ਸਾਹਿਬ ਉਹਨਾਂ ਨੇ। ਇਹਨਾਂ ਦੀ ਜਿਹੜੀ ਪਬਲਿਕ ਐਕਸ਼ਨ ਕਮੇਟੀ ਆ ਉਹਦੇ ਦਖਲ ਤੋਂ ਬਾਅਦ ਇਹ ਹਟਾਇਆ ਗਿਆ, ਅਤੇ ਹਜੇ ਵੀ ਉੱਤੇ ਲੀੜਾ ਜਿਹਾ ਪਾਇਆ ਪਿਆ। ਅਤੇ ਦੇਖੋ ਵੀ ਕਿਤੇ ਦਾਜ ਜਿਹਾ ਲੱਗਿਆ ਫਿਰ ਲਾ ਦਿਆਂਗੇ, ਕਿਤੇ ਸੋਚਦੇ ਹੋਣਗੇ, ਕਿਤੇ ਹੁਣ ਨਹੀਂ ਲੱਗਣ ਦਿੰਦੇ ਇਹ ਬੰਦੇ ਸਾਡੇ ਕਾਇਮ ਆ, ਹੁਣ ਨਹੀਂ ਲੱਗਣ ਦਿੰਦੇ, ਕਹਿ ਦਿਓ ਉਹਨਾਂ ਨੂੰ ਸਰ ਸਮਝਾ ਦਿਓ, ਅਤੇ ਆਹ ਹੁਣ ਲੀੜਾ ਜਿਹਾ ਵੀ ਇਹ ਵੀ ਲਾ ਦੇਣਾ ਚਾਹੀਦਾ, ਲਾਓ ਇਹਨੂੰ। ਨਹੀਂ ਇਸ ਕਰਕੇ ਨਹੀਂ ਲਾਇਆ ਜੀ ਕਿ ਇਹਦੇ ਪਰਲੇ ਪਾਸੇ ਇਹ ਪੂਰੀ ਰਾਮ ਕਹਾਣੀ ਲਿਖੀ ਹੋਈ ਸੀ, ਜਿਸ ਤਰ੍ਹਾਂ ਆਹ ਸਾਹਮਣੇ ਬੋਰਡ ਦੇ ਵਿੱਚ ਪੂਰਾ ਗੁਣਗਾਣ ਗਾਏ ਹੋਏ ਨੇ, ਪਬਲਿਕ ਪਾਰਕ ਦੇ ਬਜ਼ੁਰਗਾਂ ਦੇ ਗੁਣਗਾਣ ਗਾਏ ਹੋਏ ਨੇ। ਉਸੇ ਤਰ੍ਹਾਂ ਇਹਦੀ ਇਨੋਗਰੇਸ਼ਨ ਕਿਵੇਂ ਹੋਈ, ਕਿਹਨੇ ਕੀਤੀ, ਕਦੋਂ ਦਾ ਇਹ ਬੁੱਤ ਲੱਗਿਆ ਹੋਇਆ, ਉਹ ਸਾਰਾ ਕੁਛ ਲਿਖਿਆ ਹੋਇਆ ਸੀ। ਉਹ ਗੱਲ ਇਹ ਹੈ ਦਰਸ਼ਕੋ ਵੀ ਆਪਣੇ ਲਾਣੇ ਦਾ ਗੁਣਗਾਇਨ, ਵੀ ਸਾਡੇ ਬੁੜੇ ਇਉਂ ਸੀ, ਸਾਡਾ ਪੜਦਾਦਾ ਇਉਂ ਸੀ, ਇਉਂ ਸੀ, ਹੈਂਜੀ। ਪਰ ਭਾਈ ਜ਼ਮੀਨ ਸਰਕਾਰੀ ਆ, ਪਾਰਕ ਸਰਕਾਰੀ ਆ, ਲੋਕਾਂ ਦੇ ਖਜ਼ਾਨੇ 'ਚੋਂ ਬਣਾਇਆ ਗਿਆ, ਅਤੇ ਤੁਸੀਂ ਆਹ ਲਾਈ ਫਿਰਦੇ ਹੋ, ਕੰਧ 'ਤੇ ਵੇਖੋ ਹਿਸਟਰੀ ਲਿਖੀ ਫਿਰਦੇ ਆ। ਆ ਵਿਖਾਈ ਯਾਰ, ਉਹ ਕੈਮਰਾਮੈਨ ਕੋਲ ਵਿਖਾਈ, ਆਹ ਦੁਬਾਰਾ ਦਿਖਾ ਦੇ ਕੋਈ, ਆ ਵੇਖੋ ਸਹੀ ਕਿੱਡੀ ਵੱਡੀ ਮਹਿੰਗਾ ਕੰਧ ਬਣਾ ਕੇ ਉੱਤੇ ਅੰਗਰੇਜ਼ੀ 'ਚ ਲਿਖਿਆ ਪਿਆ, ਅਤੇ ਆਉਂਦੇ ਇੱਥੇ ਬਾਹਲੇ, ਦੂਜੇ ਆਪਣੇ ਪੰਜਾਬੀ ਆ ਜਾਂ ਉਧਰਲੇ ਭਈਏ ਵਾਹ ਇੱਥੇ ਲੁਧਿਆਣੇ 'ਚ ਬਹੁਤ ਆਉਂਦੇ ਆ ਜੀ, ਉਧਰਲੇ ਦੂਜੇ ਯੂਪੀ ਬਿਹਾਰ ਵਾਲੇ, ਅਤੇ ਫਿਰ ਇਹ ਲਿਖਣਾ ਤਾਂ ਭਾਵੇਂ ਇਹਨਾਂ ਨੂੰ ਸਿਆਣਪ ਹੋਵੇ ਤਾਂ ਪੰਜਾਬੀ ਜਾਂ ਹਿੰਦੀ ਹੁੰਦੀ 'ਚ ਲਿਖਦੇ, ਅੰਗਰੇਜ਼ੀ ਪੜ੍ਹਨ ਵਾਲੇ ਤਾਂ ਭਾਵੇਂ ਘੱਟ ਹੀ ਆਉਂਦੇ ਆ, ਉਹ ਮੇਰੇ ਵਰਗਾ ਕੋਈ ਆ ਜਾਂਦਾ ਮਾੜਾ ਮੋਟਾ ਪੜ੍ਹਿਆ ਅੰਗਰੇਜ਼ੀ ਵਾਲਾ, ਕਿਉਂ ਜੀ ਕੀ ਹਾਲ ਹੈ। ਇਹ ਹਾਸਾ ਠੱਠਾ ਵੀ ਨਾਲ ਨਾਲ ਚੱਲਣਾ ਚਾਹੀਦਾ, ਅਤੇ ਹਾਸਾ ਠੱਠਾ ਵੀ ਕਰਦੇ ਹਾਂ ਅਸੀਂ, ਕਿਉਂ ਜੀ ਖਰਾ ਸਾਹਿਬ? ਬਿਲਕੁਲ ਜੀ, ਬਿਲਕੁਲ ਚਾਹੀਦਾ ਜੀ, ਜ਼ਿੰਦਗੀ ਦੇ ਹਰ ਇੱਕ ਰੰਗ ਹੋਣਾ ਚਾਹੀਦਾ, ਜੇ ਹਰ ਇੱਕ ਟਾਈਮ ਸੀਰੀਅਸ ਰਹਾਂਗੇ ਤਾਂ ਫਿਰ ਅਸੀਂ ਜਲਦੀ ਬੁੜੇ ਹੋ ਜਾਵਾਂਗੇ। ਸੀਰੀਅਸ ਖਬਰਾਂ ਤਾਂ ਰੋਜ਼ ਕਰਦੇ ਹਾਂ ਅਸੀਂ, ਰੋਜ਼ ਕਰਦੇ ਹਾਂ ਸੀਰੀਅਸ, ਤੁਸੀਂ ਵੇਖਦੇ ਹੋ ਸਾਡੇ ਪੰਜਾਬ ਦਸਤਾਵੇਜ਼ ਚੈਨਲ 'ਤੇ, ਰੋਜ਼ ਹੀ ਅਸੀਂ ਕੋਈ ਨਾ ਕੋਈ ਖਿਲਾਰਾ ਜਿਹਾ ਪਾਇਆ ਹੀ ਹੁੰਦਾ, ਅਤੇ ਕਦੇ ਕਦੇ ਹਾਸਾ ਠੱਠਾ ਵੀ ਕਰੀਦਾ, ਕਦੇ ਕਦੇ ਇਸ ਕਿਸਮ ਦੀ ਫੀਲਡ ਰਿਪੋਰਟ ਵੀ ਦਰਸ਼ਕਾਂ ਤੱਕ ਲੈ ਕੇ ਆਉਣੀ ਬਣਦੀ ਹੈ, ਲੈ ਆਏ ਹਾਂ ਤੁਹਾਡੇ ਤੱਕ। ਉਹ ਵੇਖੋ ਬੀਬੀਆਂ ਜਾ ਰਹੀਆਂ ਘੁੰਡ ਵਾਲੀਆਂ, ਉਹ ਸਾੜੀਆਂ ਦੇਖੋ, ਹਾਂ ਕਹਿੰਦੀ ਇਹ ਇਹਦਾ ਦਾ ਜਿਹੜਾ ਪਾਪੂਲੇਸ਼ਨ ਹੈ ਨਹੀਂ, ਇੱਦਾਂ ਦੀ ਕਮਿਊਨਿਟੀ ਉਹ ਆਉਂਦੀ ਹੈ ਇੱਥੇ, ਉਹ ਦੇਖੋ 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 ਹੈਂ, ਗੁੱਡ ਗੁੱਡ, ਨਿਊਲੀ ਮੈਰਿਡ, ਨਿਊਲੀ ਮੈਰਿਡ, ਆਉਣਾ ਚਾਹੀਦਾ ਪਾਰਕ ਦੇ ਵਿੱਚ ਘੁੰਮੋ, ਕਿਉਂ ਨਹੀਂ, ਸਰਕਾਰ ਨੇ ਬਣਾਇਆ ਜੀ, ਸਾਰਿਆਂ ਲਈ ਬਣਾਇਆ, ਸਾਰੇ ਭਾਰਤੀ ਆਪਾਂ, ਵੀ ਆਲ ਆਰ ਇੰਡੀਅਨਸ, ਇੱਥੇ ਕੋਈ ਪੰਜਾਬੀ ਗੈਰ ਪੰਜਾਬੀ ਦਾ ਮਸਲਾ ਹੈ ਨਹੀਂ। ਆਹ ਵੇਖੋ, ਆਹ ਮਾਰ ਟੱਕਰ ਮਾਰੀ ਸੀ ਮੁੰਡੇ ਦੇ, ਬਹੁਤ ਦੇਖੀ ਭਾਈ, ਬੜੀ ਤੇਜ਼ ਭਿਉਂਦੇ ਜਵਾਕ ਸਾਈਕਲ ਇੱਥੇ। ਖੈਰ ਹੁਣ ਉਹ ਬੱਚੇ ਵੇਖ ਰਹੇ ਆ ਸਾਨੂੰ ਕਿ ਅੰਕਲ ਕਰੀ ਕੀ ਜਾਂਦੇ ਆ, ਹਾਂਜੀ ਅੰਕਲ ਬਣਾ ਰਹੇ ਆ ਖਬਰ। ਕਹਾਂ ਸੇ ਆਈ ਹੋ, ਕੌਨ ਸੇ ਸਟੇਟ ਸੇ ਆਈ ਹੋ ਆਪ? ਨਹੀਂ ਨਹੀਂ ਅਭੀ ਤੋ ਯਹੀਂ ਪੇ ਹੋ, ਅਬ ਤੋ ਤੂੰ ਪੰਜਾਬੀ ਹੋ ਗਈ ਬੇਟਾ, ਹਮਾਰੇ ਕੋ ਮਾਲੂਮ ਹੈ ਤੂੰ ਪੰਜਾਬ ਮੇ ਹੋ ਗਈ, ਯੂਪੀ ਸੇ ਹੋ? ਕਾਨਪੁਰ ਸੇ, ਕਾਨਪੁਰ ਸੇ, ਕਾਨਪੁਰ, 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 ਹਾਂ ਕਾਨਪੁਰ, ਕਾਨਪੁਰ ਮੇ ਤੋ ਕਾਫੀ ਲੋਕ ਹੈ, ਕਾਫੀ ਬੜਾ ਸ਼ਹਿਰ ਹੈ। ਹਾਂ ਤੋ ਇਹ ਘਰ ਵਾਲੇ ਹੈ ਆਪਕੇ? ਮਾਮਾ ਜੀ ਹੈ, ਮਾਮਾ ਜੀ, ਮਾਮਾ ਜੀ ਵੀ ਯਹੀ ਪੰਜਾਬ ਮੇ? ਕਿਆ ਕਹਾਂ ਕੰਮ ਕਰਤੇ ਹੋ ਆਪ? ਯਾ ਮੈਂ ਬਹਾਦੁਰ ਰੋਡ ਤੇ ਹੈ, ਬਹਾਦੁਰ ਰੋਡ ਤੇ। ਕਿਆ ਕੰਮ ਕਰ? ਸਟਿਚਿੰਗ ਕਾ, ਲਾਈਵ ਮਿਊਜ਼ਿਕ ਆ ਰਿਹਾ, ਸਟਿਚਿੰਗ ਕਾ ਕੰਮ ਹੈ ਮੇਰਾ, ਸਟਿਚਿੰਗ ਕਾ ਕੰਮ। ਅੱਛਾ,
ਬਹੁਤ ਅੱਛਾ ਬਹੁਤ ਅੱਛਾ। ਇਹ ਬੇਟੇ ਕੀ ਉਮਰ ਕਿਆ ਹੈ? ਨਿਆ ਨਿਆ ਜਮਾ ਆਏ ਤੋ ਵੀ ਜੀ 6 ਮੰਥ ਕਾ 6 ਮੰਥ ਤੱਕ ਹਾਏ ਗੁੱਡ ਬੋਏ। ਬੜਾ ਕਾਜਲ ਕੁਝ ਡਾਲਾ ਹੁਆ ਹੈ? ਕਾਜਲ ਨਹੀਂ ਡਾਲਤੇ ਹੈ, ਨਜ਼ਰ ਨਹੀਂ ਆਜ ਨਜ਼ਰ ਨਹੀਂ ਲੱਗੀ। ਨਹੀਂ 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 ਤੋ ਆਪਨੇ ਕਹੀਂ ਟੀਕਾ ਨਹੀਂ ਲਗਾਇਆ? ਆਪ ਵੀ ਤੋ ਸੁੰਦਰ ਹੈ। ਖੈਰ ਦੀਸ ਵਰ ਦੀ ਵੂਮੈਨ ਫਰੋਮ ਅਦਰ ਸਟੇਟਸ, ਇਹ ਬਾਹਰਲੇ ਸੂਬਿਆਂ ਤੋਂ ਆਏ ਹੋਏ ਲੋਕ ਨੇ ਅਤੇ ਇਹ ਫਿਰ ਕਾਲਾ ਟਿੱਕਾ ਕਾਜਲ ਉਹਨਾਂ ਦਾ ਰਿਵਾਜ਼ ਆ। ਪਰ ਪਤਾ ਹੀ ਹੈ ਕਾਜਲ ਅੱਖਾਂ 'ਚ ਡਾਕਟਰ ਕਹਿੰਦੇ ਨਹੀਂ ਪਾਉਣਾ ਚਾਹੀਦਾ, ਉਹਦੇ ਵਿੱਚ ਕੈਮੀਕਲ ਹੁੰਦਾ, ਨਜ਼ਰ ਕਮਜ਼ੋਰ ਹੋ ਜਾਂਦੀ ਹੈ। ਸੋ ਇਹ ਤੁਹਾਨੂੰ ਖਾ ਰਹੇ ਹਾਂ ਜੀ ਬੁੱਤ, ਫਿਰ ਆਪਾਂ ਮਾੜਾ ਜਿਹਾ ਘੁੰਡ ਚੱਕ ਕੇ ਵੇਖੀਏ ਇਹਦਾ। ਆ ਜਾਓ ਓ ਪੀ ਮੁੰਜਲ, ਪੈਦਾ ਹੋਏ 1928 'ਚ ਅਤੇ ਸਵਰਗਵਾਸ ਹੋਏ ਜੀ 2015 'ਚ। ਵਾਹਵਾ ਲੰਬੀ ਉਮਰ ਜੇ ਹੋਊਗੇ ਭਾਈ ਸਾਹਿਬ, ਹੈਂ ਗੁੱਡ। ਸਾਰੇ ਬਜ਼ੁਰਗਾਂ ਦੀ ਮਾਂ ਪਿਓ ਦੀ ਉਮਰ ਲੰਮੀ ਹੋਵੇ ਇਹੀ ਉਮੀਦ ਕਰਦੇ ਹਾਂ, ਦੁਆ ਕਰਦੇ ਹਾਂ। ਪਰ ਆਪਦੇ ਜਵਾਕਾਂ ਨੂੰ ਸਮਝਾ ਕੇ ਰੱਖੋ ਵੀ ਸਾਰੇ, ਹੈਂ ਸਰਕਾਰੀ ਅਦਾਰਿਆਂ 'ਤੇ ਸਰਕਾਰੀ ਜ਼ਮੀਨਾਂ 'ਤੇ ਪਾਰਕਾਂ 'ਤੇ ਕਬਜ਼ਾ ਕਰਨਾ ਨਜਾਇਜ਼ ਹੈ, ਇਹ ਹਰਾਮ ਹੈ। ਸੋ ਇਸ ਹਰਾਮ ਨੂੰ ਹਜ਼ਮ ਕਰਨਾ ਵੀ ਔਖਾ ਹੋਏਗਾ ਜੀ। ਗੁਰੂ ਮਹਾਰਾਜ ਤੰਗ ਕਰਨਗੇ, ਫਿਰ ਦੇਵੀ ਮਾਂ ਤੰਗ ਕਰੂਗੀ। ਕਿਉਂਕਿ ਆਪਾਂ ਸਰਕਾਰ ਤੋਂ ਇਹੀ ਆਸ ਕਰਦੇ ਹਾਂ ਕਿ 11 ਏਕੜ ਦੇ ਵਿੱਚ ਰੱਖ ਬਾਗ ਸੀਗਾ, 11 ਏਕੜ ਦੇ ਵਿੱਚ ਦੁਬਾਰਾ ਰੱਖ ਬਾਗ ਹੀ ਬਣਾਇਆ ਜਾਵੇ। ਕੰਕਰੀਟਾਈਜੇਸ਼ਨ ਔਰ ਕਮਰਸ਼ੀਅਲਾਈਜੇਸ਼ਨ ਇਸ ਬਾਗ ਦੀ ਨਾ ਕੀਤੀ ਜਾਵੇ। ਜੇ ਆਪਦੇ ਨਿੱਜੀ ਹਿੱਤਾਂ ਕਰਕੇ ਕੁਛ ਬੰਦੇ ਕਰ ਰਹੇ ਨੇ, ਉਹਨਾਂ ਦੇ ਉੱਤੇ ਨਕੇਲ ਪਾਈ ਜਾਵੇ। ਅਸੀਂ ਭਗਵੰਤ ਮਾਨ ਤੋਂ ਇਹੀ ਆਸ ਕਰਦੇ। ਭਗਵੰਤ ਮਾਨ ਵਿਚਾਰਾ ਕੀ ਕਰੇ ਜੀ, ਆਸੇ ਪਾਸੇ ਘੇਰਾ ਬਾਲਾ ਪਾਈ ਫਿਰਦੇ ਲੋਕ ਉਹਨੂੰ, ਕਹੇ ਕੀ ਖਿਆਲ ਹੈ? ਅਸੀਂ ਨੇ ਚੁਣਿਆ ਭਗਵੰਤ ਮਾਨ ਨੂੰ ਹੈ ਜੀ, ਉਹਨੇ ਦੇਖਣਾ ਕਿ ਘੇਰਾ ਕਿਵੇਂ ਤੋੜਨਾ। ਉਹਨੇ ਜੇ ਨਾ ਤੋੜੇ ਫਿਰ ਕਰਾਂਗੇ ਕੀ ਆਪਾਂ, ਉਹ ਵੀ ਦੱਸ ਦਿਓ। ਫਿਰ ਅਗਲੇ ਵਾਰੀ ਦੇਖੀ ਜਾਊਗੀ ਪਰਫੋਰਮੈਂਸ, ਲੋਕ ਆਪ ਫੈਸਲਾ ਕਰਦੇ ਨੇ। ਜੇ ਪਿਛਲੀ ਵਾਰ ਵੀ ਫੈਸਲਾ ਲੋਕਾਂ ਨੇ ਕੀਤਾ, ਰੈਲੀਆਂ ਕਰਕੇ ਨਹੀਂ ਵੋਟਾਂ ਮਿਲੀਆਂ, ਐਤਕੀ ਇਹ ਵੀ ਰੈਲੀਆਂ ਦੀ ਦੌੜ ਦੇ ਵਿੱਚ ਚੱਲ ਪਏ ਨੇ। ਤੂੰ ਅੱਜ ਖਹਿਰਾ ਸਾਹਿਬ ਤੁਹਾਡੇ ਕੋਲ ਆਉਂਦੇ ਸਾਨੂੰ ਪਤਾ ਟਾਈਮ ਕਿੰਨਾ ਲੱਗਿਆ? ਉਹ ਉੱਥੇ ਕਹਿੰਦੇ ਕਿਹੜੀ ਰੈਲੀ ਕੇਜਰੀਵਾਲ ਹੈ ਕਿਹੜਾ ਆਇਆ ਜੀ, ਉੱਥੇ ਕਹਿੰਦੇ 43 ਸਹੂਲਤਾਂ ਦੇਣੀਆਂ ਘਰੋ ਘਰੀ ਬਹਿ ਕੇ, ਸਾਰਾ ਮਿਨਿਸਟੀਰੀਅਲ ਸਟਾਫ ਸਟ੍ਰਾਈਕ ਤਾਂ ਮਹੀਨੇ ਡੇਢ ਮਹੀਨੇ ਤੋਂ, ਦਫ਼ਤਰ 'ਚ ਬੰਦਾ ਕੋਈ ਨਹੀਂ ਮਿਲਦਾ, ਹੜਤਾਲ ਚੱਲਦੀ ਆ। ਇਹ ਕਹਿੰਦੇ ਘਰੋ ਘਰੀ ਜਾ ਕੇ ਤੁਹਾਨੂੰ ਆਹ ਵੀ ਦੇ ਦਿਆਂਗੇ, ਤੁਹਾਡਾ ਲਾਇਸੈਂਸ ਵੀ ਬਣਾ ਦਿਆਂਗੇ, ਤੁਹਾਨੂੰ ਰਾਸ਼ਨ ਵੀ ਪਹੁੰਚਾ ਦਿਆਂਗੇ, ਤੁਹਾਨੂੰ ਗੈਸ ਦਾ ਉਹ ਵੀ ਫੜਾ ਦਿਆਂਗੇ। ਭਾਈ ਸਰਕਾਰ ਨੂੰ ਸਮਝਣਾ ਚਾਹੀਦਾ ਕਿ ਐਡਵਰਟਾਈਜ਼ਮੈਂਟ ਨਾਲ ਜਾਂ ਸ਼ੋਸ਼ਿਆਂ ਨਾਲ ਵੋਟਾਂ ਨਹੀਂ ਮਿਲਣੀਆਂ। ਨਹੀਂ ਮਿਲ ਜੇ ਇਹ ਲੋਕਾਂ ਨੇ ਕੰਮ ਦੇ ਵਾਸਤੇ ਸਰਕਾਰ ਚੁਣੀ ਹੈ, ਕੰਮ ਕਰਨ। ਮੈਂ ਜੇ ਸਰਲ ਸ਼ਬਦਾਂ 'ਚ ਕਹਿੰਦੇ ਹਾਂ, ਦੇਸੀ ਉਦਾਹਰਨ ਦੇਦੇ ਹਾਂ ਬਈ, ਅਖਾੜੇ 'ਚ ਤਾਂ ਭਗਵੰਤ ਮਾਨ ਬਾਈ ਤੈਨੂੰ ਘੁਲਣਾ ਹੀ ਪੈਣਾ, ਅਖਾੜਾ ਤੈਨੂੰ ਦੇ ਦਿੱਤਾ, ਭਲਵਾਨ ਹੋਰ ਵੀ ਤੁਰੇ ਫਿਰਦੇ ਤੇਰੇ ਆਸੇ ਪਾਸੇ, ਲਾਉਣਗੇ ਠਿੱਬੀ ਤੈਨੂੰ ਜੇ ਚੰਗੀ ਤਰ੍ਹਾਂ ਘੋਲ ਨਾ ਕਰਿਆ। ਅਤੇ ਹਜੇ ਤੱਕ ਤੂੰ ਵਧੀਆ ਘੋਲ ਕਰਦਾ ਨਜ਼ਰ ਨਹੀਂ ਆਉਂਦਾ, ਪਿੱਛੇ ਡਿੱਗਦਾ ਪਿੱਛੇ ਡਿੱਗਦਾ। ਇੱਕ ਵਾਰੀ ਤਾਂ ਜਿੱਤ ਗਿਆ ਬੈਠਲ ਆ ਗਿਆ ਉਹਨਾਂ ਦੀ, ਕਿਉਂ ਜੀ 92 ਬੰਦੇ ਲੈ ਗਿਆ ਬੈਠਲ ਆ ਗਿਆ। ਉਹ ਪੰਜਾਬ ਨੇ ਪੂਰੇ ਨੇ ਇੱਕ ਮਤ ਹੋ ਕੇ ਇਹਨਾਂ ਨੂੰ ਆਪਦਾ ਮਤਦਾਨ ਦਿੱਤਾ, ਹੁਣ ਇਹਨਾਂ ਦੀ ਪਰਫੋਰਮੈਂਸ ਦੇ ਉੱਤੇ ਆ ਕਿ ਉਹ 92 ਦੇ ਵਿੱਚੋਂ ਅਗਲੀ ਵਾਰ ਇਹ ਕਿੰਨੇ 92 ਚੋਂ 117 ਆਪਦੇ ਜਿਤਾਉਂਦੇ ਨੇ ਜਾਂ 92 ਤੋਂ ਵਿੱਚੋਂ 10 ਹੀ ਰਹਿ ਜਾਂਦੇ ਨੇ। ਸੋ ਬਾਈ ਭਗਵੰਤ ਮਾਨ ਲੰਗੋਟ ਕੱਸਦਾ ਹੁਣ, ਫਿਰ ਤੂੰ ਅੱਗੇ ਆ ਗਈਆਂ ਚੋਣਾਂ ਅਤੇ ਇੱਥੇ ਖੜ੍ਹੇ ਹੋ ਗਏ ਲੋਕ, ਕੰਮ ਕਰ, ਲੋਕਾਂ ਦੀ ਸੇਵਾ ਕਰ, ਪੰਜਾਬ ਦੇ ਹਿੱਤ ਵਾਚ। ਅਤੇ ਆਹ ਜਿਹੜਾ ਕੰਮ ਮੁੰਜਾਲ ਸਾਹਿਬ ਵਾਲੇ ਬੁੱਤ ਬੱਤ ਜੇ ਇਹ ਨਾ ਲਵਾਇਆ ਕਰੀ ਯਾਰ ਤੂੰ। ਸੋ ਇਹ ਤਾਂ ਸੀ ਵੀਡੀਓ ਰੱਖ ਬਾਗ ਬਾਰੇ। ਆਉਣ ਵਾਲੇ ਦਿਨਾਂ 'ਚ ਤੁਹਾਨੂੰ ਲੁਧਿਆਣੇ ਤੋਂ ਇੱਕ ਹੋਰ ਬੜੀ ਤੱਤੀ ਜਿਹੀ ਖਬਰ ਸੁਣਾਵਾਂਗੇ। ਉਹ ਖਬਰ ਹੈਗੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੁਛ ਲੱਛਣਾਂ ਬਾਰੇ।
ਉਹਦੇ ਵਿੱਚ ਸ਼ਾਮਿਲ ਕੌਣ ਨੇ? ਲੁਧਿਆਣੇ ਦੇ 2 MLA ਆਮ ਆਦਮੀ ਪਾਰਟੀ ਦੇ। ਕੀਤਾ ਕੀ ਹੈ ਉਹਨਾਂ ਨੇ? ਇੱਕ ਇਹੋ ਜਿਹਾ ਪ੍ਰੋਜੈਕਟ ਵਿੜਤਾ ਸ਼ੁਰੂ ਕਰਤਾ, ਇਨਾਗੁਰੇਟ ਕਰਤਾ ਨਹਿਰ ਦੇ ਕੰਢੇ 'ਤੇ, ਜਿਹਦਾ ਕਿ ਮਾਸਟਰ ਪਲਾਨ ਦੇ ਵਿੱਚ ਕੋਈ ਥਾਂ ਹੀ ਹੈ ਨਹੀਂ, ਨਜਾਇਜ਼, ਬਿਲਕੁਲ ਨਜਾਇਜ਼। ਅਤੇ ਉਹਨੂੰ ਕਿਹਾ ਕੀ ਹੈ, ਪੰਜਾਬ ਇਨਵੈਸਟ ਜਿਹੜੀ ਹੈਗੀ ਆ ਜੀ, ਇਹਨਾਂ ਦੀ ਕੈਂਪੇਨ ਪੰਜਾਬ 'ਚ ਵੀ ਪੈਸੇ ਲਾਓ, ਪੈਸੇ ਲਾਓ। ਪੈਸੇ ਕਾਹ 'ਚ ਲਾਓ? ਦੁਕਾਨਾਂ 'ਤੇ, ਸ਼ੋਅਰੂਮਾਂ 'ਤੇ, ਅਤੇ ਸੈਲੂਨ ਬਣਾ ਲਓ, ਮਸਾਜ ਸੈਂਟਰ ਬਣਾ ਲਓ, ਕੱਪੜਿਆਂ ਦੀ ਦੁਕਾਨ ਖੋਲ੍ਹ ਲਓ। ਅਤੇ ਫੈਕਟਰੀਆਂ ਕਿੱਥੇ ਗਈਆਂ? ਪ੍ਰੋਜੈਕਟ ਦੇ ਵਿੱਚ ਤਾਂ ਸਾਰੀਆਂ ਫੈਕਟਰੀਆਂ ਲਾਉਣ ਦੀ ਗੱਲ ਕੀਤੀ ਗਈ ਆ। ਇੰਡਸਟਰੀਅਲ ਏਰੀਆ ਦੇ ਵਿੱਚ ਪ੍ਰੋਜੈਕਟ ਕੀ ਲੱਗ ਰਿਹਾ? ਮੌਜ ਮੇਲੇ ਦਾ, ਖਾਣ ਪੀਣ ਦਾ। ਅਤੇ ਫੋਟੋ ਕਿਹਦੀ ਲੱਗੀ ਆ ਉੱਥੇ ਉੱਪਰ? ਵੱਡੀ ਸਾਰੀ ਫੋਟੋ ਤੁਹਾਨੂੰ ਦਿਖਾਵਾਂਗੇ ਕੱਲ੍ਹ ਜਦੋਂ ਵੀਡੀਓ ਕਰਾਂਗੇ। ਸਾਡੇ ਨਿੱਕੇ ਵੀਰ ਭਗਵੰਤ ਮਾਨ ਦੀ ਫੋਟੋ ਲਾਈ ਫਿਰਦੇ, ਅਤੇ ਭਗਵੰਤ ਮਾਨ ਪਤਾ ਨਹੀਂ ਦੇਖਦਾ ਨਹੀਂ ਉੱਤੋਂ, ਫੜਾ ਦੇਖਣਾ ਚਾਹੀਦਾ ਉਹਨੂੰ ਵੀ ਮੇਰੇ MLA ਕਰੀ ਕੀ ਜਾਂਦੇ ਆ। ਅਤੇ ਉਹਦੇ ਬਾਰੇ ਫਿਰ ਜਦੋਂ ਅਸੀਂ ਵਿਸਤਾਰ ਨਾਲ ਅਗਲੀ ਵੀਡੀਓ 'ਚ ਦੱਸਾਂਗੇ ਕਿ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਲੁਧਿਆਣੇ ਦੇ ਵਿੱਚ ਲੱਛਣ ਕੀ ਨੇ। ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ, ਨਮਸਕਾਰ, ਖੁਦਾ ਹਾਫਿਜ਼।